ਪਰ ਗੱਲ ਕੰਸੀ ਦੀ ਕਰਨ ਲੱਗਾ, ਦੇਖੋ ਕੰਸੀ ਦੇ ਵਿੱਚ ਬੜੇ ਬੜੇ ਵਿਦਵਾਨ ਵੀ ਸੀ, ਵੇਦਾਂ ਦੇ ਗਿਆਤਾ ਵੀ ਸਨ, ਤੇ ਕੰਸੀ ਦੇ ਵਿੱਚ ਭਗਤ ਰਵਿਦਾਸ ਜੀ ਵੀ ਰਹਿੰਦੇ ਨੇ। ਆਖੋ ਸਤਨਾਮ। ਹੁਣ ਉੱਥੇ ਕਿਹੜੇ ਕਿਹੜੇ ਤੀਰਥ ਨੇ, ਕਿਹੜੇ ਕਿਹੜੇ ਵਿਦਵਾਨ ਹੋਏ, ਉਹਨਾਂ ਦਾ ਕੋਈ ਨਾਮ ਜਾਣਦਾ ਗੁਰਮੁਖੋ? ਕਿਸੇ ਨੂੰ ਚੇਤਾ ਹੈ ਬਨਾਰਸ ਦੇ ਵਿੱਚ ਹੋਰ ਕੌਣ ਕੌਣ ਸੀ, ਕਿਸੇ ਦਾ ਨਾਮ ਆਪਾਂ ਜਾਣਦੇ ਹਾਂ, ਤੇ ਭਗਤ ਰਵਿਦਾਸ ਜੀ ਨੂੰ ਕੌਣ ਭੁੱਲਿਆ ਗੁਰਮੁਖ? ਨਾਲੇ ਇਹਨਾਂ ਦੇ ਹਾਲਾਤ ਇਹ ਜੇ ਸੀ, ਚਮਿਆਰਾਂ ਦੇ ਘਰ ਦਾ ਜਨਮ, ਲੋਕ ਸ਼ੂਦਰ ਕਹਿੰਦੇ ਸੀ, ਮਾੜਾ ਕਹਿੰਦੇ ਸੀ, ਧਰਮ ਥਾਵਾਂ 'ਤੇ ਜਾ ਨਹੀਂ ਸੀ ਸਕਦੇ। ਜਿੱਥੇ ਗੰਗਾ ਵਗਦੀ ਸੀ ਉਸ ਵੇਲੇ ਦੇ ਪੰਡਿਤ ਕਹਿੰਦੇ ਸੀ ਕਿ ਜਿੱਧਰੋਂ ਪਾਣੀ ਆਉਂਦਾ ਉੱਧਰ ਨਹੀਂ ਤੁਸੀਂ ਨਹਾ ਸਕਦੇ, ਉਸ ਪਾਸੇ ਨਹਾਉਣਾ ਜਿੱਧਰ ਨੂੰ ਪਾਣੀ ਜਾ ਰਿਹਾ ਨੀਵੇਂ ਪਾਸੇ। ਇੰਨਾ ਬਿਤਕਰਾ ਗੁਰਮੁਖੋ, ਉਹਦੀ ਤਾਂ ਗੱਲ ਛੱਡੋ, ਆਪਾਂ ਕਿਹੜਾ ਘੱਟ ਹਾਂ, ਆ ਸਿਆਣੇ ਬਜ਼ੁਰਗ ਬੈਠੇ ਹੋ। ਜੇ ਕਿਸੇ ਗਰੀਬ ਜਾਤੀ ਦੇ ਬੰਦੇ ਦਾ ਭਾਂਡੇ ਨੂੰ ਹੱਥ ਲੱਗ ਜਾਂਦਾ, ਕਹਿੰਦੇ ਅੱਗ 'ਚ ਸਾੜ ਦੇ ਭਾਂਡੇ, ਇਹ ਤਾਂ ਹੁਣ ਤੱਕ ਹੁੰਦਾ ਰਿਹਾ, ਆਪਣੇ ਨਾਲ ਕਿਹੜਾ ਨਹੀਂ ਹੁੰਦੀ ਰਹੀ। ਭਾਂਡੇ ਨੂੰ ਹੀ ਅੱਗ 'ਚ ਸਾੜਿਆ ਜਾਂਦਾ ਸੀ, ਇੰਨਾ ਬੋਲ ਬਾਲਾ ਊਚ ਨੀਚ ਦਾ। ਪਰ ਭਗਤ ਰਵਿਦਾਸ ਜੀ ਨੇ ਕੰਸੀ ਦੇ ਵਿੱਚ ਜਨਮ ਲਿਆ, ਅਵਤਾਰ ਧਾਰਿਆ, ਅਤੇ ਉੱਥੇ ਗੁਰਮੁਖ ਪਿਆਰੇ ਉਹ ਇਹਨਾਂ ਨਾਲ ਵੀ ਧੱਕਾ ਹੋਇਆ, ਧਰਮ ਸਥਾਨਾਂ 'ਤੇ ਵੜਨ ਨਾ ਦਿੱਤਾ ਜਾਂਦਾ, ਮੰਦਰ ਵਿੱਚ ਵੜਨ ਦੀ ਮਨਾਹੀ, ਪਾਠ ਤੂੰ ਨਹੀਂ ਕਰ ਸਕਦਾ, ਬੜੀਆਂ ਰਾਜੇ ਮਹਾਰਾਜਿਆਂ ਕੋਲ ਸ਼ਿਕਾਇਤਾਂ ਕੀਤੀਆਂ, ਵਿਰੋਧ ਬੜਾ ਹੋਇਆ। ਪਰ ਇੱਕ ਗੱਲ ਯਾਦ ਰੱਖਿਓ, ਦੁਨੀਆ ਵਿਰੋਧ ਕਰ ਸਕਦੀ ਹੈ, ਜਿਹੜਾ ਇਨਸਾਨ ਪਰਮਾਤਮਾ ਦਾ ਭਜਨ ਕਰਦਾ ਹੈ ਉਹਦਾ ਸਤਿਕਾਰ ਤਾਂ ਰੱਬ ਨੇ ਵਧਾਉਣਾ ਹੈ। ਆਖੋ ਸਤਨਾਮ। ਇੱਥੇ ਜਾਤਾਂ ਪਾਤਾਂ ਦੇ ਚੱਕਰ ਦੀ ਗੱਲ ਨਹੀਂ ਹੈ ਕੋਈ, ਇਹ ਤਾਂ ਦੁਨੀਆਂ ਦੀਆਂ ਬਣਾਈਆਂ, ਰੱਬ ਦੇ ਘਰ ਵਿੱਚ ਤਾਂ ਕੋਈ ਜਾਤ ਨਹੀਂ ਹੈ, ਰੱਬ ਨੇ ਤਾਂ ਸਾਰੇ ਜੀਵ ਇੱਕੋ ਜਿਹੇ ਪੈਦਾ ਕੀਤੇ ਹੈ। ਹਾਂ, ਆਪਣੇ ਕਰਮਾਂ ਕਰਕੇ ਅਸੀਂ ਚੰਗੇ ਮਾੜੇ ਕਹਾ ਗਏ, ਇਹ ਗੱਲ ਵੱਖਰੀ। ਜਿੱਦੇ ਜੰਮੇ ਸੀ ਬੱਚਾ ਤਾਂ ਸਾਰੇ ਕਹਿੰਦੇ ਆ ਨਾ ਵੀ ਰੱਬ ਦਾ ਰੂਪ ਹੁੰਦਾ, ਨਾ ਹੀ ਇਹਨਾਂ ਦੇ ਮਨ ਵਿੱਚ ਕੋਈ ਮੇਰ ਤੇਰ ਹੁੰਦੀ ਹੈ। ਅਤੇ ਉੱਥੇ ਰਵਿਦਾਸ ਜੀ ਮਹਾਰਾਜ ਨਾਲ ਬੜਾ ਬਿਤਕਰਾ ਹੋਇਆ, ਪਰ ਇਹਨਾਂ ਨੇ ਪਰਮੇਸ਼ਰ ਦਾ ਭਜਨ ਕਰਦੇ ਹੀ ਰਹਿਣਾ, ਇਹਨਾਂ ਦੇ ਮਨ ਵਿੱਚ ਇਹ ਗੱਲ ਪੱਕੀ ਵਸ ਚੁੱਕੀ ਸੀ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਾ ਬੰਦਗੀ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਬੰਦਾ ਬੰਦਗੀ ਬਗੈਰ ਕਿਸੇ ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਮ ਦਾ ਨਹੀਂ, ਮੁੱਲ ਕਰਮਾਂ ਦਾ
ਦਾ ਪੈਣਾ ਚਿੱਟੇ ਚਮ ਦਾ ਨਹੀਂ ਮੁੱਲ ਕਰ ਮਾਂਦਾ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਪੱਕੀ ਮਨ ਵਿੱਚ ਵਸ ਗਈ ਤੇ ਰੋਜ਼ ਪਰਮੇਸ਼ਰ ਦਾ ਭਜਨ ਕਰਨਾ ਭਜਨ ਕਰਨ ਦਾ ਫਲ ਸੁਣਿਓ ਬੰਦੇ ਆਪਾਂ ਕਿਉਂ ਬਣੇ ਕਿਵੇਂ ਸਾਡਾ ਸਤਿਕਾਰ ਹੋਣਾ ਕਿਵੇਂ ਮੁਕਤੀ ਹੋਣੀ ਹੈ ਰਵਿਦਾਸ ਜੀ ਮਹਾਰਾਜ ਨੇ ਭਜਨ ਕਰਦੇ ਰਹਿਣਾ ਜਿੱਥੇ ਵਿਰੋਧ ਤਾਂ ਕਰਨ ਵਾਲੇ ਵਿਰੋਧ ਕਰਦੇ ਨੇ ਉੱਥੇ ਕੁਛ ਚੰਗੇ ਵੀ ਲੋਕ ਨੇ ਕਿਉਂਕਿ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਗੁਰਮੁਖ ਚਿਤੌੜਗੜ੍ਹ ਦੀ ਰਾਣੀ ਝਾਲਾਂ ਬਾਈ ਮੀਰਾਂ ਬਾਈ ਮੀਰਾਂ ਬਾਈ ਦੀ ਚਚੇਰੀ ਸੱਸ ਝਾਲਾਂ ਬਾਈ ਸੀ ਉਹਨੂੰ ਲੱਗਿਆ ਪਤਾ ਗੁਰਮੁਖ ਪਿਆਰਿਓ ਉਹਦੀ ਵੀ ਬਿਰਤੀ ਬਚਪਨ ਤੋਂ ਹੀ ਧਾਰਮਿਕ ਪਹਿਲਾਂ ਸ਼੍ਰੀ ਕ੍ਰਿਸ਼ਨ ਜੀ ਦੇ ਪਦੇ ਗਾਉਂਦੀ ਹੁੰਦੀ ਜਦੋਂ ਕਿਤੇ ਉਹਨੂੰ ਪਤਾ ਲੱਗਿਆ ਕਿ ਰਵਿਦਾਸ ਜੀ ਵੀ ਆਏ ਨੇ ਸੰਸਾਰ ਵਿੱਚ ਉਹ ਕਈ ਤੀਰਥਾਂ 'ਤੇ ਗਈ ਗੁਰਮੁਖੋ ਆਤਮਕ ਸ਼ਾਂਤੀ ਵਾਸਤੇ ਪਰ ਜਿੱਥੇ ਵੀ ਜਾਇਆ ਕਰੇ ਲੋਕ ਆਪਣੇ ਮਤ ਨੂੰ ਚੰਗਾ ਕਹਿਣ ਦੂਜਿਆਂ ਦੀ ਨਿੰਦਾ ਕਰਿਆ ਕਰਨ ਉਹਦਾ ਮਨ ਨਾ ਟਿਕਿਆ ਚਲਦੀ ਚਲਦੀ ਜਦੋਂ ਰਵਿਦਾਸ ਜੀ ਦੇ ਡੇਰੇ ਆਈ ਪਹਿਲਾਂ ਪਰਖਿਆ ਗੁਰਮੁਖ ਸੰਗਤ ਬੈਠੀ ਅਤੇ ਰਵਿਦਾਸ ਜੀ ਪਰਮੇਸ਼ਰ ਦਾ ਭਜਨ ਕਰੀ ਜਾਂਦੇ ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਜੋ ਤੁਮ ਦੀਅਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਇਹਦਾ ਭਾਵ ਇਹ ਸੀ ਕਿ ਹੇ ਪਰਮਾਤਮਾ ਅਸੀਂ ਆਪ ਜੀ ਦੇ ਸੇਵਕ ਬਣੇ ਹਾਂ ਜੇ ਤੁਸੀਂ ਸੁੰਦਰ ਪਹਾੜਾਂ ਵੱਲ ਤੱਕ ਕੇ ਜਿਵੇਂ ਮੋਰ ਪਹਿਲਾਂ ਪਾਉਂਦਾ ਨਾ ਇਸੇ ਤਰ੍ਹਾਂ ਰੱਬ ਜੀ ਤੁਹਾਨੂੰ ਦੇਖ ਦੇਖ ਕੇ ਸਾਨੂੰ ਵੀ ਖੁਸ਼ੀ ਚੜ੍ਹਦੀ ਹੈ ਜੇ ਤੁਸੀਂ ਸੁੰਦਰ ਪਹਾੜ ਹੋ ਤਾਂ ਅਸੀਂ ਮੋਰ ਹਾਂ ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਚਕੋਰ ਹੈ ਜਿਹੜਾ ਇਹਦਾ ਵੀ ਚੰਦਰਮਾ ਦੇ ਨਾਲ ਪ੍ਰੀਤ ਹੈ ਗੁਰਮੁਖ ਐਸੀ ਪ੍ਰੀਤ ਅਨੋਖੀ ਦੱਸੀ ਹੈ ਕਹਿੰਦੇ ਜਦੋਂ ਚੰਦ ਚੜ੍ਹ ਜਾਂਦਾ ਨਾ ਜਿਹੜਾ ਚਕੋਰ ਨਾਮ ਦਾ ਪੰਛੀ ਹੈ ਇਹ ਚੰਦਰਮਾ ਵੱਲ ਆਪਣੀ ਨਿਗਾਹ ਟਿਕਾ ਲੈਂਦਾ ਜਿਉਂ ਜਿਉਂ ਚੰਦਰਮਾ ਉੱਪਰ ਨੂੰ ਜਾਂਦਾ ਇਹ ਵੀ ਧੌਣ ਨਹੀਂ ਹਿਲਾਉਂਦਾ ਨਿਗਾਹ ਉੱਧਰ ਨਾਲ ਨਾਲ ਘੁੰਮਦਾ ਰਹਿੰਦਾ ਇੱਥੋਂ ਤੱਕ ਕਹਿੰਦੇ ਚੰਦਰਮਾ ਜਦੋਂ ਐਨ ਬਿਲਕੁਲ ਉੱਪਰ ਸਿਖਰ 'ਤੇ ਜਾ ਪਹੁੰਚਦਾ ਇਹ ਪਾਸਾ ਨਹੀਂ ਲੈਂਦਾ ਪੁੱਠਾ ਲਟਕ ਕੇ ਧਰਤੀ 'ਤੇ ਡਿੱਗ ਪੈਂਦਾ ਆਖੋ ਸਤਨਾਮ ਰਵਿਦਾਸ ਜੀ ਕਹਿੰਦੇ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਹੇ ਪਰਮਾਤਮਾ ਜੇ ਤੁਸੀਂ ਚੰਦਰਮਾ ਹੋ
ਅਸੀਂ ਚਕੋਰ ਵਾਂਗੂ ਬਣ ਕੇ ਤੁਹਾਡੇ ਨਾਲ ਪ੍ਰੀਤ ਨਿਭਾਉਣੀ। ਜੇ ਤੁਸੀਂ ਦੀਵੇ ਹੋ ਤਾਂ ਅਸੀਂ ਬੱਤੀ ਹਾਂ, ਦੇਖੋ ਬੱਤੀ ਤੋਂ ਬਿਨਾਂ ਦੀਵਾ ਕੰਮ ਨਹੀਂ ਅਤੇ ਦੀਵੇ ਤੋਂ ਬਿਨਾਂ ਇਕੱਲੀ ਬੱਤੀ ਵੀ ਕੰਮ ਨਹੀਂ ਹੈ। ਜੋ ਤੁਮ ਦੀਆ ਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਜੇ ਤੁਸੀਂ ਤੀਰਥ ਹੋ ਤਾਂ ਅਸੀਂ ਯਾਤਰੀ ਹਾਂ, ਹੁਣ ਜੇ ਯਾਤਰੂ ਨਾ ਹੋਣ ਤੀਰਥ ਦਾ ਕੀ ਫਾਇਦਾ ਗੁਰਮੁਖ, ਅਤੇ ਜੇ ਤੀਰਥ ਹੀ ਹੈ ਨਹੀਂ ਫਿਰ ਯਾਤਰਾ ਵੀ ਕਾਹਦੀ ਕਰਾਂਗੇ ਆਪਾਂ। ਹੇ ਪਰਮਾਤਮਾ, ਸਾਡਾ ਵੀ ਤੇਰੇ ਨਾਮ ਨਾਲ ਐਸਾ ਹੀ ਮੋਹ ਹੈ। ਮਾਧਵੇ ਤੁਮਨ ਤੋ ਰਹੋ ਤੋ ਹਮ ਨਹੀਂ ਤੋ ਰਹੇ। ਇੱਥੇ ਜਿਹੜਾ ਪਾਠ ਹੈ ਨਾ ਨੰਨਾ ਅਲੱਗ ਲਿਖਿਆ, ਟਕਸਾਲ ਦੇ ਵਿੱਚ ਦੱਸਿਆ ਵੀ ਨੰਨੇ ਨੂੰ ਕੰਨਾਂ ਲਾ ਕੇ ਨਾ ਨਹੀਂ ਕਰਨਾ, ਤੁਮਨਾ ਤੋ ਰਹੋ। ਕਈ ਪਾਠ ਕਰਨਗੇ ਮਾਧਵੇ ਤੁਮਨਾ ਤੋ ਰਹੋ ਤੋ ਹਮ ਨਹੀਂ ਤੋ ਰਹੇ। ਇਹ ਤਾਂ ਹੋ ਗਈ ਨਾ ਬਰਾਬਰੀ, ਵੀ ਜੇ ਤਾਂ ਤੂੰ ਸਾਡੇ ਨਾਲ ਪ੍ਰੇਮ ਰੱਖੇਗਾ ਅਸੀਂ ਵੀ ਰੱਖ ਲਾਂਗੇ, ਜਿੰਨਾ ਚਿਰ ਤੁਸੀਂ ਨਹੀਂ ਤੋੜਦੇ ਅਸੀਂ ਵੀ ਨਹੀਂ ਤੋੜਦੇ। ਇੱਦਾਂ ਨਹੀਂ, ਰੱਬ ਨਾਲ ਕਾਹਦੀ ਬਰਾਬਰੀ ਗੁਰਮੁਖੋ, ਉਹਦੀ ਤਾਂ ਦਇਆ ਮੌਜ ਹੈ, ਆਪਾਂ ਉਹਦੀ ਬਰਾਬਰੀ ਕੀ ਕਰ ਲਾਂਗੇ। ਇਹ ਤਾਂ ਦੱਸਿਆ ਵੀ ਮਾਧਵੇ ਜੇ ਤੁਸੀਂ ਸਾਡੇ ਨਾਲੋਂ ਪ੍ਰੀਤ ਤੋੜੋਗੇ ਵੀ ਤੁਸੀਂ ਤੋੜ ਸਕਦੇ ਹੋ, ਵੱਡੇ ਹੋ ਪਰ ਸਾਡਾ ਨਹੀਂ ਸਰਦਾ। ਆਖੋ ਸਤਨਾਮ, ਤੁਮ ਸਿਉਂ ਤੋੜ ਕਵਨ ਸਿਉਂ ਜੋਰ ਹੈ। ਤੇਰੇ ਨਾਲੋਂ ਪ੍ਰੀਤ ਤੋੜ ਕੇ ਅਸੀਂ ਜਾਵਾਂਗੇ ਵੀ ਕਿੱਥੇ। ਇੱਦਾਂ ਦੇ ਬਚਨ ਜਦੋਂ ਰਵਿਦਾਸ ਜੀ ਨੇ ਪੜ੍ਹੇ ਤੇ ਗੁਰਮੁਖ ਪਿਆਰਿਓ ਮੀਰਾਂ ਬਾਈ ਨੇ ਸੁਣੇ, ਦੇਖੀ ਪ੍ਰੇਮਾ ਭਗਤੀ ਰੱਬ ਦੀ ਬੰਦਗੀ ਤੇ ਰਵਿਦਾਸ ਜੀ ਦੀ ਚੇਲੀ ਬਣ ਗਈ। ਆਖੋ ਸਤਨਾਮ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰਵਿਦਾਸ ਜੀ ਮੂਹਰੇ ਮੱਥਾ ਟੇਕਤੀਆਂ, ਉਹਦੇ ਕੋਲੋਂ ਨਾਮਦਾਨ ਉਪਦੇਸ਼ ਲੈ ਲਿਆ, ਗੁਰੂ ਧਾਰਨ ਕਰ ਲਿਆ ਰਵਿਦਾਸ ਜੀ ਨੂੰ। ਜਦੋਂ ਇਹ ਗੱਲ ਉੱਥੋਂ ਦੇ ਰਹਿਣ ਵਾਲੇ ਹੰਕਾਰੀ ਪੰਡਤਾਂ ਨੂੰ ਪਤਾ ਲੱਗੀ, ਉਹ ਦੁਖੀ ਹੋ ਗਏ। ਰਾਣੀ ਝਾਲਾਂ ਬਾਈ ਤਾਂ ਹਜੇ, ਮੀਰਾਂ ਬਾਈ ਤਾਂ ਉੱਥੇ ਹੀ ਹੈ, ਇਹ ਪਹਿਲੀ ਚਿਤੌੜਗੜ੍ਹ ਜਾ ਪਹੁੰਚੇ। ਰਾਜੇ ਕੋਲੇ ਸ਼ਿਕਾਇਤਾਂ ਕੀਤੀਆਂ, ਰਾਜਨ ਮੀਰਾਂ ਨੇ ਇੱਕ ਸ਼ੂਦਰ ਜਾਤੀ ਦੇ ਬੰਦੇ ਨੂੰ ਗੁਰੂ ਧਾਰ ਕੇ ਕੁਲ ਨੂੰ ਦਾਗ ਲਾਤਾ। ਕਹਿੰਦੇ ਅੱਜ ਤੱਕ ਕੁਲ ਦੇ ਪੁਰੋਹਿਤ ਉੱਚ ਜਾਤੀ ਦੇ ਬ੍ਰਾਹਮਣ ਰਹੇ, ਇਹ ਜਿਹੜੇ ਸ਼ੂਦਰ ਹੈ ਇਹਨਾਂ ਨੂੰ ਗੁਰੂ ਬਣਨ ਦਾ ਤਾਂ ਹੱਕ ਹੀ ਨਹੀਂ ਹੈਗਾ, ਅਤੇ ਤੁਹਾਡੀ ਮੀਰਾਂ ਨੇ ਉਹਨੂੰ ਗੁਰੂ ਧਾਰਨ ਕਰ ਲਿਆ। ਬੜਾ ਰੌਲਾ ਪਿਆ ਇਸ ਗੱਲ ਦਾ ਘਰ ਵਿੱਚ ਗੁਰਮੁਖ ਪਿਆਰਿਓ। ਇਤਿਹਾਸ ਦੱਸਦਾ ਮੀਰਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਬਚ ਜਿਆ ਕਰੇ, ਕਿਉਂਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਆਪਾਂ ਥੋੜ੍ਹੇ ਬਹੁਤੇ ਔਗਣ ਦੇਖ ਕੇ ਨਫ਼ਰਤ ਕਰ ਸਕਦੇ ਹਾਂ ਪਰ ਰੱਬ ਇੱਦਾਂ ਨਹੀਂ ਹੈ ਭਾਈ। ਉਹਦਾ ਤਾਂ ਜਿਹੜਾ ਵੀ ਨਾਮ ਜਪਦਾ ਹੈ ਆਪਣੇ ਪਿਆਰਿਆਂ ਦੀ ਲੱਜਾ ਹਰ ਯੁੱਗ ਵਿੱਚ ਰੱਖਦਾ ਆਇਆ। ਆਖੋ ਸਤਨਾਮ, ਰੋਜ਼ ਪੜ੍ਹਦੇ ਹਾਂ ਨਾ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਦੀ ਪੱਜਾ ਲੱਜਾ ਰੱਖੀ, ਨਾਮਦੇਵ ਵੱਲੀ ਮੰਦਰ ਦਾ ਮੁੱਖ ਅਤੇ ਵਿਰੋਧ ਕਰਨ ਵਾਲਿਆਂ ਵਾਲੀ ਪਿਛਵਾਰਲਾ ਚੱਲਿਆ ਗਿਆ ਗੁਰਮੁਖੋ। ਹਰ ਯੁੱਗ ਵਿੱਚ ਆਪਣੇ ਪਿਆਰਿਆਂ ਦੀ ਰੱਖਦਾ ਆਇਆ, ਹੁਣ ਮੀਰਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ
ਉਹ ਬਚ ਜਿਆ ਕਰੇ। ਆਖਿਰਕਾਰ ਇਤਿਹਾਸ ਦੱਸਦਾ ਹੈ, ਇਤਿਹਾਸ ਤਾਂ ਬਹੁਤ ਲੰਬਾ ਪਰ ਮੈਂ ਗੱਲ ਜਿਹੜੀ ਕਰਨੀ ਆ ਉਹਨੂੰ ਸਮਝਿਓ। ਭੰਡਾਰਾ ਰੱਖ ਲਿਆ, ਜਦੋਂ ਰਾਜੇ ਕੋਲ ਜਾ ਕੇ ਪੰਡਤਾਂ ਨੇ ਸ਼ਿਕਾਇਤਾਂ ਕੀਤੀਆਂ ਵੀ ਇੱਦਾਂ ਇੱਦਾਂ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਮੀਰਾਂ ਨੂੰ ਆਉਣ ਦਿਓ, ਆਪਾਂ ਗੱਲ ਕਰ ਲੈਂਦੇ ਹਾਂ। ਅਤੇ ਜਦੋਂ ਮੀਰਾਂ ਆਈ, ਰਾਜੇ ਨੇ ਦੋਗਲੀ ਜੀ ਗੱਲ ਕੀਤੀ, ਕਹਿੰਦਾ ਵੀ ਕੋਈ ਗੱਲ ਨਹੀਂ, ਜੇ ਇਹਨੂੰ ਉਹ ਰਵਿਦਾਸ ਜੀ ਚੰਗੇ ਲੱਗੇ, ਗੁਰੂ ਧਾਰ ਲਿਆ, ਕੋਈ ਗੱਲ ਨਹੀਂ, ਅਸੀਂ ਤਾਂ ਤੁਹਾਡਾ ਸਤਿਕਾਰ ਕਰਦੇ ਹਾਂ। ਉਹ ਕਹਿੰਦੇ ਵੀ ਠੀਕ ਹੈ, ਜੇ ਤੁਸੀਂ ਸਤਿਕਾਰ ਕਰਦੇ ਹੋ ਫਿਰ ਭੰਡਾਰਾ ਕਰੋ, ਇੱਥੇ ਵੱਡਾ ਦਾਨ ਦਕਸ਼ਣਾ ਦਿਓ ਸਾਨੂੰ ਵੀ। ਭੰਡਾਰਾ ਰੱਖ ਲਿਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਹੋ ਗਏ। ਅਤੇ ਉੱਧਰੋਂ ਮੀਰਾ ਨੇ ਬੇਨਤੀ ਕੀਤੀ ਅਤੇ ਰਵਿਦਾਸ ਜੀ ਨੂੰ ਵੀ ਬੁਲਾ ਲਿਆ, ਆਖੋ ਸਤਨਾਮ ਵਾਹਿਗੁਰੂ। ਉੱਥੇ ਫਿਰ ਰੌਲਾ ਪੈ ਗਿਆ ਗੁਰਮੁਖ, ਉਹ ਕਹਿੰਦੇ ਵੀ ਜੇ ਇਹਨੂੰ ਸੱਦਣਾ ਸੀ ਫਿਰ ਸਾਡੇ ਵਾਸਤੇ ਕਾਹਤੋਂ ਇੱਥੇ ਤਿਆਰੀ ਕੀਤੀ, ਅਸੀਂ ਤਾਂ ਇਹਦੇ ਨਾਲ ਨਹੀਂ ਬਹਿਣਾ, ਜਾਂ ਇਹ ਰਹੂ ਜਾਂ ਅਸੀਂ ਰਵਾਂਗੇ। ਰਵਿਦਾਸ ਜੀ ਕਹਿੰਦੇ ਰਾਜਨ ਮੇਰੇ ਇਕੱਲੇ ਪਿੱਛੇ ਆਪਣਾ ਕੰਮ ਨਾ ਵਿਗਾੜੋ, ਕਹਿੰਦੇ ਕੋਈ ਨਹੀਂ ਮੈਂ ਅੰਦਰ ਇੱਕ ਪਾਸੇ ਬਹਿ ਜਾਂਦਾ, ਇਹਨਾਂ ਨੂੰ ਪਹਿਲਾਂ ਭੋਜਨ ਛਕ ਲੈਣ ਦਿਓ। ਆਪ ਮਹਾਰਾਜ ਕਮਰੇ 'ਚ ਜਾ ਕੇ ਅਲੱਗ ਬਹਿ ਗਏ ਅਤੇ ਉੱਥੇ ਦੁੱਖ ਹੈ ਮਨ ਵਿੱਚ। ਹੁਣ ਕਿਸੇ ਵੀ ਬੰਦੇ ਦੀ ਭਰੀ ਸਭਾ 'ਚ ਬੇਇੱਜ਼ਤੀ ਹੋ ਜੇ ਮਨ ਤਾਂ ਦੁਖੀ ਹੁੰਦਾ ਹੀ ਹੈ ਗੁਰਮੁਖੋ। ਹੁਣ ਹਜ਼ਾਰਾਂ ਬੰਦਿਆਂ ਦਾ ਹੋਵੇ ਇਕੱਠ, ਇਕੱਲੇ ਨੂੰ ਕੋਈ ਕਵੇ ਵੀ ਇਹਨੂੰ ਬਾਹਰ ਕੱਢੋ, ਹੁੰਦਾ ਹੀ ਆ ਦੁੱਖ। ਤਾਂ ਰਵਿਦਾਸ ਜੀ ਨੇ ਵੀ ਉੱਥੇ ਫਿਰ ਅਲੱਗ ਬਹਿ ਗਏ, ਮਨ ਵਿੱਚ ਬੈਰਾਗ, ਨੇਤਰਾਂ ਦੇ ਵਿੱਚ ਨੀਰ, ਪਰਮਾਤਮਾ ਅੱਗੇ ਬੇਨਤੀ ਕੀਤੀ, ਦਾਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਕਹਿੰਦੇ ਪਰਮਾਤਮਾ ਇਹ ਦੱਸ ਵੀ ਤੇਰੇ ਵਿੱਚ ਅਤੇ ਮੇਰੇ ਵਿੱਚ ਫਰਕ ਕੀ ਹੈ, ਅਸੀਂ ਤੇਰੇ ਤੋਂ ਹੀ ਪੈਦਾ ਹੋਏ ਹਾਂ ਨਾ, ਜਿਵੇਂ ਸੋਨਾ ਅਤੇ ਸੋਨੇ ਦੇ ਗਹਿਣਿਆਂ ਵਿੱਚ ਕੋਈ ਫਰਕ ਨਹੀਂ ਹੁੰਦਾ ਗੁਰਮੁਖੋ। ਹੁਣ ਸੋਨੇ ਦਾ ਬਿਸਕੁਟ ਪਿਆ, ਸੋਨੇ ਦੇ ਗਹਿਣੇ ਵੀ ਪਏ ਨੇ, ਤੁਸੀਂ ਕਹਿ ਦਿਓਗੇ ਵੀ ਆਹ ਸੋਨਾ ਹੋਰ ਹੈ। ਇਸੇ ਤਰ੍ਹਾਂ ਕਹਿੰਦੇ ਵੀ ਪਰਮਾਤਮਾ ਤੇਰੇ ਮੇਰੇ ਵਿੱਚ ਫਰਕ ਕੋਈ ਨਹੀਂ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਹੇ ਪਰਮੇਸ਼ਰ, ਜੇ ਅਸੀਂ ਸੰਸਾਰੀ ਜੀਵ ਗਲਤੀਆਂ ਨਾ ਕਰਦੇ, ਭੁੱਲਾਂ ਨਾ ਕਰਦੇ, ਫਿਰ ਤੁਹਾਨੂੰ ਪਾਪੀਆਂ ਨੂੰ ਤਾਰਨ ਵਾਲੇ ਕਿਹਨੇ ਕਹਿਣਾ ਸੀ। ਜੇ ਅਸੀਂ ਲੋਕ ਪਾਪ ਕਰਦੇ ਹਾਂ ਫਿਰ ਹੀ ਤੁਸੀਂ ਪਾਪੀਆਂ ਨੂੰ ਉਧਾਰਦੇ ਹੋ, ਬਖਸ਼ਦੇ ਹੋ। ਹੇ ਮਹਾਰਾਜ ਕਿਰਪਾ ਕਰੋ। ਜਦੋਂ ਇੱਦਾਂ ਵੈਰਾਗੀ ਮਨ ਨਾਲ ਕੀਤੀ ਬੇਨਤੀ, ਬਾਹਰ ਕਹਿੰਦੇ ਫਿਰ ਰੌਲਾ ਪੈ ਗਿਆ। ਰਵਿਦਾਸ ਜੀ ਕਹਿੰਦੇ ਭਾਈ ਪਤਾ ਕਰਕੇ ਆਓ ਵੀ ਹੁਣ ਕਾਹਦਾ ਰੌਲਾ, ਮੈਂ ਤਾਂ ਅੰਦਰ ਬੈਠਾ ਪਾਸੇ, ਪਹਿਲਾਂ ਤਾਂ ਇਹ ਰੌਲਾ ਸੀ ਵੀ ਇਹਨੂੰ ਉਠਾਓ ਇੱਥੋਂ, ਹੁਣ ਕਾਹਦਾ ਰੌਲਾ ਹੈ। ਇੱਕ ਪਹਿਰੇਦਾਰ ਗਿਆ ਜਾ ਕੇ ਪਤਾ ਕੀਤਾ ਵੀ ਹੁਣ ਕਾਹਤੋਂ ਰੌਲਾ ਪੈਣ ਲੱਗ ਗਿਆ। ਉਹਨੇ ਆ ਕੇ ਦੱਸਿਆ ਵੀ ਰਵਿਦਾਸ ਜੀ, ਹੁਣ ਜਿਹੜਾ ਰੌਲਾ ਪੈਂਦਾ ਉਹ ਇਸ ਗੱਲ ਦਾ ਪੈਂਦਾ, ਜਿੰਨੇ ਇਹ ਬੈਠੇ ਸੀ ਨਾ ਹੰਕਾਰੀ ਉੱਚ ਜਾਤੀ ਵਾਲੇ ਨਾਮ ਜਪਣ ਵਾਲੇ, ਕਹਿੰਦੇ ਸੀ ਅਸੀਂ ਸ਼ੂਦਰ ਨੂੰ ਨਾਲ ਨਹੀਂ ਬਿਠਾਉਣਾ, ਉਹ ਖਾਂਦੇ ਸੀ ਭੋਜਨ, ਸਾਰੇ ਹੀ ਉੱਠ ਖੜੇ, ਕਹਿੰਦੇ ਸਾਡੇ ਨਾਲ ਫਿਰ ਇੱਕ ਇੱਕ ਰਵਿਦਾਸ ਬੈਠਾ ਆ, ਆਖੋ ਸਤਨਾਮ। ਸਾਰਿਆਂ ਨੂੰ ਹੀ ਲੱਗਿਆ ਵੀ ਸਾਡੇ ਨਾਲ ਵੀ ਬੈਠਾ। ਹੁਣ ਰੌਲਾ ਇਹ ਪੈਂਦਾ
ਜਦੋਂ ਆਹ ਗੱਲ ਰਵਿਦਾਸ ਜੀ ਨੇ ਸੁਣੀ ਤੇ ਗੁਰਮੁਖ ਪਿਆਰਿਓ ਫੇਰ ਨੇਤਰਾਂ ਚੋਂ ਨੀਰ ਆ ਗਿਆ, ਆਖੋ ਸਤਨਾਮ। ਇਹ ਆਪਾਂ ਨੂੰ ਲੱਗਦੀਆਂ ਗੱਲਾਂ, ਕਿਉਂਕਿ ਆਪਾਂ ਨੂੰ ਰੱਬ 'ਤੇ ਭਰੋਸਾ ਨਹੀਂ ਹੈ। ਜਿਹੜਾ ਪਰਮਾਤਮਾ ਹੈ ਨਾ ਗੁਰਮੁਖੋ, ਦੇਖੋ ਪ੍ਰਹਿਲਾਦ ਭਗਤ ਨੂੰ ਬਚਾਉਣ ਵੇਲੇ ਇੱਕ ਲੋਹੇ ਦਾ ਥੰਮ ਪਾਟ ਕੇ ਵਿੱਚੋਂ ਪ੍ਰਗਟ ਹੋ ਗਿਆ, ਦੇਖੋ ਨਰਸਿੰਘ ਰੂਪ ਕਿੱਡੀ ਵੱਡੀ ਗੱਲ ਹੈ। ਬੜਾ ਕੁਛ ਧੰਨੇ ਭਗਤ ਨੇ ਸ਼ਰਧਾ ਰੱਖੀ, ਇੱਕ ਪੱਥਰ 'ਤੇ ਭਰੋਸਾ ਕਰਕੇ ਉੱਥੇ ਵੀ ਰੱਬ ਪ੍ਰਗਟ ਕਰ ਲਿਆ, ਆਖੋ ਸਤਨਾਮ। ਕਈ ਕਹਿਣਗੇ ਵੀ ਪੱਥਰ ਵਿੱਚ ਰੱਬ ਕਿੱਥੋਂ ਸੀ, ਬਾਣੀ ਨੂੰ ਪੜ੍ਹੋ, ਬਾਣੀ 'ਚ ਲਿਖਿਆ ਘੱਟ ਘੱਟ ਮੈਂ ਹਰ ਜੂ ਵਸੈ। ਜੇ ਪੱਥਰ ਦੀ ਜਗ੍ਹਾ ਲੱਕੜ ਹੁੰਦੀ ਉਹਨੇ ਤਾਂ ਵੀ ਪ੍ਰਗਟ ਹੋਣਾ ਸੀ, ਜੇ ਕੁਛ ਵੀ ਨਾ ਹੁੰਦਾ ਰੱਬ ਨੇ ਤਾਂ ਵੀ ਪ੍ਰਗਟ ਹੋਣਾ ਸੀ, ਕਿਉਂਕਿ ਜਦੋਂ ਅੱਖ ਦੇਖਣ ਵਾਲੀ ਬਣ ਜੇ ਉਦੋਂ ਤਾਂ ਗੁਰਮੁਖ ਪਿਆਰਿਓ ਜਰੇ ਜਰੇ 'ਚੋਂ ਰੱਬ ਦੀਂਦਾ, ਆਖੋ ਸਤਨਾਮ। ਅਸਲ ਵਿੱਚ ਆਪਣੀਆਂ ਅੱਖਾਂ 'ਤੇ ਹਉਮੈ ਹੰਕਾਰ ਮੋਹ ਮਾਇਆ ਬੈਰ ਆਪਣਾ ਬਗਾਨਾ ਇਹ ਪੱਟੀਆਂ ਨਹੀਂ ਲੈਂਦੀਆਂ ਗੁਰਮੁਖ। ਨਾਨਕ ਸੇ ਅੱਖੜੀਆਂ ਬੇਅੰਨ ਡਿੰਨੀ ਦੱਸਣੋ ਮਾਂ ਪੀਰੀ, ਕਿੰਨਾ ਕੁਛ ਬਾਣੀ ਵਿੱਚ ਦੱਸਿਆ। ਅਤੇ ਰਵਿਦਾਸ ਜੀ ਮਹਾਰਾਜ ਨੂੰ ਆ ਕੇ ਦੱਸਿਆ ਪਹਿਰੇਦਾਰ ਨੇ, ਕਹਿੰਦਾ ਜੀ ਬਾਹਰ ਰੌਲਾ ਹੁਣ ਤਾਂ ਪੈਂਦਾ ਹੈ। ਉਹ ਕਹਿੰਦੇ ਵੀ ਸਾਡੇ ਨਾਲ ਫਿਰ ਇੱਕ ਇੱਕ ਰਵਿਦਾਸ ਬੈਠਾ। ਉਦੋਂ ਵੀ ਫਿਰ ਰਵਿਦਾਸ ਜੀ ਨੇ ਸ਼ੁਕਰਾਨੇ ਵਜੋਂ ਇੱਕ ਸ਼ਬਦ ਉਚਾਰਿਆ, ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ। ਹੇ ਵਾਹਿਗੁਰੂ ਗਰੀਬ ਨਿਵਾਜ ਦਾਤਾਰ ਪਾਤਸ਼ਾਹ, ਜਿਵੇਂ ਤੈਂ ਮੇਰੀ ਲੱਜਾ ਰੱਖੀ ਮੇਰੇ 'ਤੇ ਕਿਰਪਾ ਕੀਤੀ ਹੈ, ਇਹ ਹੋਰ ਨਹੀਂ ਕੋਈ ਕਰ ਸਕਦਾ, ਆਖੋ ਸਤਨਾਮ। ਲਓ ਪੜ੍ਹ ਹੀ ਲਈਏ ਆਪਾਂ। ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਗਰੀਬ ਨਿਵਾਜ ਗੁਸਈਆਂ ਮੇਰਾ, 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 ਗਰੀਬ ਨਿਵਾਜ ਗੁਸਈਆਂ ਮੇਰਾ। ਮਾਥਾ ਸ਼ਤਰ ਤਰੈ, 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 ਮਾਥਾ ਸ਼ਤਰ ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ।
ਕੁੰਜ ਬਿਨ ਐਸੀ ਲਾਲ ਤੁਝ ਬਿਨ ਕੌਣ ਕਰੇ ਤੁਝ ਬਿਨ ਕੌਣ ਕਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਤੁਝ ਬਿਨ ਐਸੀ ਤੁਝ ਬਿਨ ਕੌਣ ਕਰੇ ਇੱਦਾਂ ਜਦੋਂ ਕੀਤੀਆਂ ਬੇਨਤੀਆਂ ਆਪ ਮਹਾਰਾਜ ਜੀ ਦੇ ਚਰਨਾਂ ਨਾਲ ਸੁਰਤ ਜੋੜੀ ਇੱਦਾਂ ਸ਼ਬਦ ਪੜ੍ਹਦੇ ਨੇ ਕਿ ਹੇ ਮਾਲਕ ਐਸੀ ਕਿਰਪਾ ਤੇਰੇ ਬਿਨਾਂ ਹੋਰ ਨਹੀਂ ਕੋਈ ਕਰ ਸਕਦਾ ਅਤੇ ਉੱਧਰ ਜਿੰਨੇ ਸੀਗੇ ਗੁਰਮੁਖ ਪਿਆਰਿਓ ਬਾਹਰ ਪੰਡਾਲ ਵਿੱਚ ਉਹ ਸਾਰੇ ਹੀ ਆ ਕੇ ਰਵਿਦਾਸ ਜੀ ਦੇ ਚਰਨਾਂ 'ਤੇ ਡਿੱਗ ਪਏ ਆਖੋ ਸਤਨਾਮ ਸਾਰੇ ਹੀ ਆ ਕੇ ਚਰਨਾਂ 'ਤੇ ਡਿੱਗੀ ਜਾਣ ਕਿ ਰਵਿਦਾਸ ਤੂੰ ਸੱਚਾ ਭਗਤ ਹੈ ਪਰਮੇਸ਼ਰ ਦਾ ਤੇਰੇ 'ਤੇ ਰੱਬ ਦੀ ਕਿਰਪਾ ਦੇਖੋ ਪਿਆਰਿਓ ਇਹ ਬੇਨਤੀ ਮੈਂ ਤਾਂ ਕੀਤੀ ਹੈ ਕੰਸੀ ਬਹੁਤ ਵੱਡਾ ਧਰਮ ਸਥਾਨ ਹੈ ਪਰ ਉੱਥੇ ਰਹਿਣ ਵਾਲੇ ਹੋਰ ਕੌਣ ਸੀ ਆਪਾਂ ਨਾਮ ਨਹੀਂ ਜਾਣਦੇ ਤੇ ਰਵਿਦਾਸ ਜੀ ਨੂੰ ਕੋਈ ਭੁੱਲਿਆ ਹੀ ਨਹੀਂ ਆਖੋ ਸਤਨਾਮ ਕਿਸੇ 'ਤੇ ਵੀ ਭੋਗ ਹੋਵੇ ਪੜ੍ਹਦੇ ਹਾਂ ਨਾ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਇਹ ਬਾਣੀ ਕਿਹਦੀ ਹੈ ਰਵਿਦਾਸ ਜੀ ਦੀ ਗੁਰਮੁਖੋ ਹੁਣ ਇਹ ਬੇਨਤੀਆਂ ਮੈਂ ਕਿਉਂ ਕਰ ਰਿਹਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਸਤਿਕਾਰ ਉਹਨਾਂ ਦਾ ਜਿਨ੍ਹਾਂ ਨੇ ਪਰਮਾਤਮਾ ਦਾ ਭਜਨ ਕੀਤਾ ਆਖੋ ਸਤਨਾਮ ਧੰਨਾ ਜੀ ਦੇ ਚਾਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਕਿਹੜੇ ਚਾਚੇ ਤਾਏ ਸੀ ਕੋਈ ਨਾਮ ਜਾਣਦਾ ਚਾਚੇ ਤਾਇਆਂ ਦੇ ਮੁੰਡਿਆਂ ਦੇ ਨਾਂ ਕੋਈ ਮਾਮੇ ਨਾਨੇ ਦਾ ਨਾਂ ਜਾਣਦਾ ਅਤੇ ਧੰਨਾ ਜੀ ਨੂੰ ਆਪਾਂ ਗੁਰੂਆਂ ਦੇ ਬਰਾਬਰ ਕਰਕੇ ਪੂਜਿਆ ਹੈ ਵੀ ਭਗਤਾਂ 'ਚ ਅਤੇ ਗੁਰੂਆਂ 'ਚ ਫਰਕ ਨਹੀਂ ਸਮਝਣਾ ਚਾਹੀਦਾ ਕਿਉਂਕਿ ਜਿਹੜੇ ਜਿਹੜੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ ਕੇ ਸੱਜ ਗਏ ਉਹ ਸਾਰੇ ਗੁਰੂ ਨੇ ਆਖੋ ਸਤਨਾਮ ਅਤੇ ਫਿਰ ਗੱਲ ਫੈਸਲਾ ਕਿੱਥੇ ਹੁੰਦਾ ਇਸ ਯੁੱਗ ਮਹਿ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਅੱਜ ਕੱਲ੍ਹ ਤਾਂ ਆਪਾਂ ਗੁਰਮੁਖ ਪਿਆਰੇ ਉਹ ਥੋੜ੍ਹੀ ਜਿਹੀ ਪ੍ਰਭਤਾ ਮਿਲ ਜੇ ਲੋਕ ਦੇਖੋ ਕਿੱਦਾਂ ਪਾਪ ਕਰਦੇ ਭੁੱਲੀ ਗਏ ਧਰਮ
ਬੰਦਿਆਂ ਨੂੰ ਤਾਂ ਕੀ ਸਮਝਣਾ ਇੱਥੇ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਕੁਛ ਸਮਝਿਆ ਗੁਰਮੁਖੋਂ, ਕਿੰਨਾ ਕੁਛ ਹੋਈ ਜਾਂਦਾ ਸਮਾਜ ਵਿੱਚ। ਚਲੋ ਸੰਸਾਰ ਨੇ ਆਪਣੀ ਚਾਲੇ ਚੱਲਦੇ ਰਹਿਣਾ, ਪਰ ਅੱਜ ਜਿਹੜੀ ਬੇਨਤੀ ਤੁਹਾਡੇ ਸਾਹਮਣੇ ਰੱਖ ਰਿਹਾ, ਪਰਮਾਤਮਾ ਦਾ ਭਜਨ ਕਰੋ ਭਾਈ। ਮੈਂ ਵੀ ਵਿੱਚੋਂ ਹੀ ਹਾਂ, ਲੋਕਾਂ ਸਾਹਮਣੇ ਤਾਂ ਆਪਾਂ ਬਹੁਤ ਦਿਖਾਵਾ ਕਰ ਲਾਂਗੇ, ਪਰ ਜਿਹੜਾ ਬੈਠ ਕੇ ਇਕੱਲੇ ਕਿਤੇ ਰੱਬ ਦਾ ਨਾਮ ਜਪਣਾ ਹੈ ਨਾ, ਆਪਣੀ ਸੁਰਤ ਗੁਰੂ ਦੇ ਸ਼ਬਦ ਨਾਲ ਜੋੜਨੀ ਹੈ, ਆਨੰਦ ਉਸੇ ਦਈਆ। ਆਖੋ ਸਤਨਾਮ। ਚਾਰ ਕੁ ਬੰਦੇ ਬੈਠੇ ਹੋਣ, ਮੇਰੇ ਅਰਗਾ ਬਥੇਰੀ ਮਾਲਾ ਫੇਰ ਲੈਂਦਾ, ਚਾਰ ਬੰਦੇ ਦੇਖਦੇ ਹੋਣ ਨਾ, ਕਈ ਉਈ ਮੂੰਹ ਜਿਹਾ ਹਿਲਾਈ ਜਾਣਗੇ ਵੀ ਜੁੜਿਆ, ਪਤਾ ਲੱਗੇ। ਠੀਕ ਹੈ, ਉੱਥੇ ਵੀ ਠੀਕ ਹੈ, ਜੁੜੋ, ਪਰ ਜਦੋਂ ਕਿਤੇ ਇਕੱਲਾ ਬੈਠਾ ਹੁੰਦਾ ਹੈ, ਉੱਥੇ ਵੀ ਬੁਰੀਆਂ ਸੋਚਾਂ ਨਾ ਸੋਚਿਆ ਕਰ, ਉੱਥੇ ਵੀ ਪਰਮੇਸ਼ਰ ਬਾਰੇ ਸੋਚਿਆ ਕਰ, ਫਿਰ ਦੇਖ ਤੇਰੀ ਲੱਜਾ ਕਿਵੇਂ ਰੱਖਦਾ। ਆਓ, ਗੁਰ ਇਤਿਹਾਸ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਇਨਸਾਨ ਬਣਾ ਕੇ ਪਰਮੇਸ਼ਰ ਨੇ ਭੇਜਿਆ ਹੈ, ਸ਼ੈਤਾਨ ਬਣ ਕੇ ਨਾ ਜਿਉਈਏ, ਰੱਬ ਦਾ ਰੂਪ ਬਣ ਕੇ ਜਿਉਈਏ ਗੁਰਮੁਖੋ, ਪਰਮਾਤਮਾ ਦਾ ਨਾਮ ਜਪੀਏ। ਕਿੱਦਾਂ ਮਹਾਰਾਜ ਲੱਜਾ ਰੱਖਦੇ ਨੇ, ਕਸ਼ਮੀਰ ਦਾ ਇਲਾਕਾ ਜਿਹਨੂੰ ਤੁਸੀਂ ਬਾਰਾਮੂਲਾ ਕਹਿੰਦੇ ਹੋ, ਉੱਥੇ ਬਹੁਤ ਤਕੜਾ ਪਰਿਵਾਰ, ਜ਼ਮੀਨ ਜਾਇਦਾਦ ਘਰ ਬਾਰ ਹੈਗਾ, ਪਰ ਅਚਾਨਕ ਹੀ ਬੰਦੇ ਨੂੰ ਬਿਮਾਰੀ ਲੱਗ ਗਈ। ਬਿਮਾਰੀ ਲੱਗੀ, ਵਿਆਹ ਹੋਇਆ ਵਾ, ਇੱਕੋ ਹੀ ਬੱਚਾ ਨਿਆਣਾ, ਉਹ ਵੀ ਬਿਮਾਰੀ ਦੇ ਕਾਰਨ। ਗੁਰਮੁਖ ਪਿਆਰਿਓ, ਇਸ ਭਾਈ ਦੀ ਮੌਤ ਹੋ ਗਈ। ਆਖੋ ਸਤਨਾਮ। ਪਰ ਉਹਦਾ ਇਲਾਜ ਕਰਾਉਣ ਵਾਸਤੇ ਪਰਿਵਾਰ ਨੇ ਬਹੁਤ ਮਿਹਨਤ ਕੀਤੀ। ਤੁਹਾਨੂੰ ਪਤਾ ਹੀ ਹੈ, ਰੱਬ ਨਾ ਕਰੇ ਕਿਸੇ 'ਤੇ ਕੋਈ ਵਿਪਤਾ ਆ ਜਾਏ, ਆਪਾਂ ਕਿੰਨੀ ਮਿਹਨਤ ਕਰਦੇ ਹਾਂ। ਜਿਹੜੀ ਬੇਨਤੀ ਕਰਨੇ ਆ, ਇਹ ਮਾਤਾ ਭਾਗਪਰੀ ਬਾਰੇ ਕਰ ਰਹੇ ਹਾਂ। ਮਾਤਾ ਭਾਗਪਰੀ ਦਾ ਇਤਿਹਾਸ ਵਿੱਚ ਨਾਮ ਆਇਆ, ਭਾਗਪਰੀ ਦੇ ਕੁੱਖੋਂ ਇੱਕੋ ਹੀ ਬੱਚਾ ਜਨਮਿਆ, ਘਰ ਵਾਲੇ ਦੀ ਬਿਮਾਰੀ ਕਾਰਨ ਹੋ ਗਈ ਮੌਤ। ਇਹਨੂੰ ਬਚਾਉਣ ਵਾਸਤੇ, ਇਲਾਜ ਵਾਸਤੇ ਘਰ ਬਾਰ ਜ਼ਮੀਨ ਜਾਇਦਾਦ ਸਭ ਕੁਛ ਵੇਚਤਾ ਗੁਰਮੁਖੋ, ਪਰ ਬਚਾਇਆ ਨਾ ਗਿਆ, ਕਿਉਂਕਿ ਮੌਤ ਇੱਕ ਅਟੱਲ ਸੱਚਾਈ ਹੈ, ਇਹਦਾ ਪਤਾ ਹੀ ਨਹੀਂ ਕੀ ਬਹਾਨਾ ਬਣ ਜੇ ਅਤੇ ਕਦੋਂ ਆ ਜੇ ਗੁਰਮੁਖੋ। ਹੁਣ ਘਰ ਵਾਲੇ ਦੀ ਮੌਤ ਹੋ ਗਈ, ਜ਼ਮੀਨ ਜਾਇਦਾਦ ਘਰ ਬਾਰ ਸਭ ਕੁਛ ਵਿਕ ਗਿਆ ਹੈ। ਲੋਕ ਦਿਲਾਸਾ ਦਿੰਦੇ ਨੇ ਵੀ ਕੋਈ ਗੱਲ ਨਹੀਂ, ਤੇਰਾ ਪੁੱਤ ਹੈਗਾ, ਇਹਦੇ ਆਸਰੇ ਤੇਰਾ ਸਮਾਂ ਲੰਘ ਜੂ। ਹੋਇਆ ਜਵਾਨ, ਕੀ ਟਾਈਮ ਲੱਗਦਾ ਜਾਂਦੇ ਦਿਨਾਂ ਨੂੰ, ਇਹ ਆਪਣੇ ਪੁੱਤਰ ਦੇ ਆਸਰੇ ਸਮਾਂ ਲੰਘਾਉਂਦੀ ਵੀ ਵੱਡਾ ਹੋਊਗਾ, ਬੁਢੇਪਾ ਸੌਖਾ ਲੰਘ ਜੂ। ਪਰ ਹੋਇਆ ਕਿ ਜਦੋਂ ਪੁੱਤਰ ਵੱਡਾ ਹੋਇਆ, ਉਹ ਕਹਿੰਦੇ ਸਿੱਧਰਾ ਨਿਕਲ ਗਿਆ। ਆਖੋ ਸਤਨਾਮ। ਨਾ ਉਹਨੂੰ ਇਹ ਪਤਾ ਵੀ ਕਿਹਨੂੰ ਕਿਵੇਂ ਬੁਲਾਉਣਾ, ਚੱਜੀ ਨਹੀਂ ਸੀ ਗੱਲ ਕਰਨ ਦੀ ਗੁਰਮੁਖ, ਹਰੇਕ ਨੂੰ ਟਿੱਚਰਾਂ ਕਰਨੀਆਂ, ਮਖੌਲ ਕਰਨੇ, ਅਤੇ ਮਾਤਾ ਨੂੰ ਬੜਾ ਦੁੱਖ ਲੱਗਣਾ ਵੀ ਮੈਨੂੰ ਇੱਕੋ ਹੀ ਆਸਰਾ ਸੀ ਪੁੱਤਰ ਦਾ, ਇਹ ਵੀ ਸਿੱਧਾ ਸਾਧਾ ਨਿਕਲ ਗਿਆ। ਲੋਕ ਕਿਹਾ ਕਰਨ, ਉਹ ਜਾਂਦਾ ਭਾਗਪਰੀ ਦਾ ਕਮਲਾ। ਹੁਣ ਜੇ ਕੋਈ ਇਕੱਲਾ ਹੀ ਪੁੱਤ ਹੋਵੇ ਅਤੇ ਮਾਂ ਨੂੰ ਕੋਈ ਇੱਦਾਂ ਦੀ ਗੱਲ ਬੋਲੇ, ਮਾਈਆਂ ਬੈਠੀਆਂ, ਦੱਸੋ ਖੁਸ਼ ਹੋਣਗੀਆਂ, ਦੁੱਖ ਹੁੰਦਾ। ਪਰ ਇੱਥੇ ਕੀਤਾ ਕੀ ਜਾ ਸਕਦਾ ਹੈ, ਲੜਾਈਆਂ ਝਗੜਿਆਂ 'ਚ ਨਹੀਂ ਪੈਣਾ, ਕਈ ਲੜ ਪੈਂਦੇ ਆ ਨਾ, ਫਿਰ
ਦੁਨੀਆਂ ਦਾ ਮੂੰਹ ਨਹੀਂ ਆਪਾਂ ਫੜ ਸਕਦੇ। ਆ ਸੁਣਿਓ ਮਾਤਾ ਭਾਗ ਪਰੀ ਸਹਿੰਦੀ ਹੈ, ਕਹਿੰਦੀ ਪਰਮਾਤਮਾ ਤੇਰੀ ਮਰਜ਼ੀ ਹੈ ਤੇ ਅਰਦਾਸ ਇੱਕੋ ਕਰਨੀ, ਇਹ ਮੇਰੀ ਅਰਜ਼ੀ ਮਾਲਕਾ। ਅਸੀਂ ਤਾਂ ਬਹੁਤ ਜ਼ੋਰ ਲਾ ਲਿਆ ਘਰ ਵਾਲੇ ਨੂੰ ਬਚਾਉਣ ਵਾਸਤੇ, ਨਹੀਂ ਬਚ ਸਕਿਆ। ਇੱਛਾ ਸੀ ਪੁੱਤਰ ਮੇਰਾ ਸਿਆਣਾ ਨਿਕਲੇ, ਲਾਇਕ ਨਿਕਲੇ, ਪਰ ਨਹੀਂ ਨਿਕਲਿਆ। ਹੁਣ ਮਾਲਕਾ ਸਾਡਾ ਜ਼ੋਰ ਨਹੀਂ, ਮਰਜ਼ੀ ਤੇਰੀ ਹੋਈ ਹੈ। ਹੁਣ ਐਸੀ ਕਿਰਪਾ ਕਰਦੇ ਜਿਵੇਂ ਤੈਨੂੰ ਚੰਗੇ ਲੱਗਦਾ, ਸਾਨੂੰ ਉਹੇ ਜੇ ਬਣਾ ਲੈ। ਆਖੋ ਸਤਨਾਮ। ਇਹ ਮੇਰੀ ਅਰਜ਼ੀ ਉਹੇ ਜਾ ਬਣਾ ਲੈ ਮਾਲਕਾ, ਜਿਵੇਂ ਤੇਰੀ ਮਰਜ਼ੀ ਉਹੇ ਜਾ ਬਣਾ ਲੈ ਮਾਲਕਾ, ਜਿਵੇਂ ਤੇਰੀ ਮਰਜ਼ੀ ਇਹ ਮੇਰੀ ਇਹੋ ਜਿਹਾ ਬਣਾ ਲੈ ਮਾਲਕਾ, ਜਿਵੇਂ ਤੇਰੀ ਮਰਜ਼ੀ ਉਹੇ ਜਿਹਾ ਬਣਾ ਲੈ ਮਾਲਕਾ। ਸਾਡਾ ਤੂੰ ਹੀ ਮਲਾ ਸਾਈਆਂ, ਸਾਡਾ ਤੂੰ ਹੀ ਮਲਾ ਸਾਈਆਂ, ਬੇੜੀ ਭਰੀ ਔਗਣਾ ਦੀ ਇਹਨੂੰ ਪਾਰ ਲੰਘਾ ਸਾਈਆਂ, ਬੇੜੀ ਭਰੀ ਔਗਣਾ ਦੀ ਇਹਨੂੰ ਪਾਰ ਲੰਘਾ ਸਾਈਆਂ। ਸਾਡਾ ਤੂੰ ਹੀ ਮਲਾ ਬੇੜੀ ਭਰੀ ਔਗਣਾ ਦੀ ਇਹਨੂੰ ਪਾਰ ਲੰਘਾ ਸਾਈਆਂ, ਹਾਂ ਬੇੜੀ ਭਰੀ ਔਗਣਾ ਦੀ ਇਹਨੂੰ ਪਾਰ ਲੰਘਾ ਸਾਈਆਂ। ਰੋਜ਼ ਅਰਦਾਸਾਂ ਕਰਨੀਆਂ, ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਪਰ ਸੁਣ ਲੈਣੀਆਂ, ਰੱਬ ਮੂਹਰੇ ਬੇਨਤੀ ਕਰਨੀ। ਇੱਕ ਵਾਰੀ ਫਿਰ ਪਤਾ ਕੀ ਹੋਇਆ, ਪਿੰਡ ਦੇ ਵਿੱਚੋਂ ਕੁਛ ਕੁ ਬੰਦੇ ਕੁਛ ਕੁ ਮਾਈਆਂ ਇਕੱਠੇ ਹੋਏ, ਕਹਿੰਦੇ ਵੀ ਆਪਾਂ ਯਾਤਰਾ ਚੱਲਣਾ, ਦਰਸ਼ਨ ਦਿਦਾਰੇ ਕਰਨੇ ਆ ਧਰਮ ਸਥਾਨਾਂ ਦੇ। ਸੰਗਤ ਇਕੱਠੀ ਹੋਈ ਅਤੇ ਮਾਤਾ ਭਾਗ ਪਰੀ ਦਾ ਜਿਹੜਾ ਪੁੱਤਰ ਸੀ ਸੇਵਾਦਾਸ, ਇਹ ਵੀ ਆਪਣੀ ਮਾਂ ਨੂੰ ਕਹਿੰਦਾ, ਮਾਂ ਪਿੰਡ ਵਾਲੇ ਮੇਲੇ 'ਤੇ ਜਾਂਦੇ ਆ, ਮੈਂ ਵੀ ਜਾਣਾ। ਮਾਂ ਨੇ ਸਮਝਾਇਆ, ਪੁੱਤ ਤੂੰ ਹੈ ਸਿੱਧਾ ਸਾਧਾ, ਤੈਨੂੰ ਕੀ ਪਤਾ ਦੁਨੀਆਦਾਰੀ ਦਾ, ਤੂੰ ਰਹਿਣ ਦੇ। ਇਹ ਕਹਿੰਦਾ ਨਹੀਂ ਮੈਂ ਜਾਣਾ। ਅਤੇ ਤੁਹਾਨੂੰ ਪਤਾ ਹੀ ਆ ਬੱਚਿਆਂ ਦੀ ਜਿੱਦ ਮੂਹਰੇ ਫਿਰ ਮਾਂ ਬਾਪ ਨੂੰ ਝੁਕਣਾ ਪੈਂਦਾ। ਬੜਿਆਂ ਦੀਆਂ ਮਿੰਨਤਾਂ ਕੀਤੀਆਂ, ਭਾਈ ਮੇਰਾ ਪੁੱਤ ਜਾਣਾ ਚਾਹੁੰਦਾ ਹੈ, ਇਹਦਾ ਖਿਆਲ ਰੱਖਿਓ। ਇੱਕ ਦੋ ਨੇ ਤਾਂ ਕਹਿਤਾ ਵੀ ਰੱਖ ਲਾਂਗੇ, ਕਈ ਕਹਿੰਦੇ ਇਹਨੂੰ ਕਮਲੇ ਨੂੰ ਕੌਣ ਸਾਂਭੂ।
ਆਪ ਹੀ ਮਸਾਂ ਜਾਵਾਂਗੇ, ਕਿਉਂਕਿ ਉਦੋਂ ਯਾਤਰਾ ਵੀ ਪੈਦਲ ਜਾਂਦੇ ਸੀ ਲੋਕ ਤੁਰ ਕੇ। ਆਹ ਗੱਡੀਆਂ ਬੱਸਾਂ ਮੋਟਰ ਕਾਰਾਂ ਕਿੱਥੇ ਹੁੰਦੀਆਂ ਸੀ, ਨਾ ਹੀ ਸੜਕਾਂ ਹੁੰਦੀਆਂ ਸੀ। ਕਹਿੰਦੇ ਇਹਨੂੰ ਨਹੀਂ ਅਸੀਂ ਸਾਂਭ ਸਕਦੇ, ਪਰ ਮਾਂ ਕਹਿੰਦੀ ਚੱਲ ਕੋਈ ਨਹੀਂ ਰੱਬ ਦਾ ਹੀ ਆਸਰਾ। ਕੁਛ ਪੈਸੇ ਦੇ ਤੇ, ਲੀੜੇ ਕੱਪੜੇ ਦੇ ਤੇ, ਨਾਲ ਤੋਰਤਾ। ਜਾਂਦਾ ਜਾਂਦਾ ਰਾਹ ਚੀਤਾ ਝੋਲਾ ਸਿੱਟ ਗਿਆ ਕੱਪੜਿਆਂ ਵਾਲਾ ਗੁਰਮੁਖ, ਪੈਸੇ ਪਤਾ ਨਹੀਂ ਕਿੱਥੇ ਸਿੱਟ ਲਏ। ਜਾਂਦੀ ਜਾਂਦੀ ਸੰਗਤ ਇੱਕ ਟਿਕਾਣਾ ਆਇਆ ਸੰਤ ਮਾਧੋ ਦਾਸ ਜੀ ਦਾ। ਮਾਧੋ ਦਾਸ ਇਤਿਹਾਸ ਵਿੱਚ ਦੋ ਨੇ, ਇੱਕ ਤਾਂ ਜਿਹੜੇ ਬਾਅਦ 'ਚ ਬੰਦਾ ਸਿੰਘ ਬਹਾਦਰ ਬਣੇ, ਉਹ ਹੋਏ ਨੇ ਗੁਰੂ ਗੋਬਿੰਦ ਸਿੰਘ ਵੇਲੇ। ਇਹ ਜਿਹੜੇ ਸੰਤ ਮਾਧੋ ਦਾਸ ਜੀ, ਇਹ ਗੁਰੂ ਅਰਜਨ ਦੇ ਪੰਚਮ ਪਾਤਸ਼ਾਹ ਵੇਲੇ ਹੋਏ ਨੇ। ਇਹ ਅੰਮ੍ਰਿਤਸਰ ਆਏ ਸੀ, ਕਹਿੰਦੇ ਸੀ ਮਹਾਰਾਜ ਉਪਦੇਸ਼ ਦਿਓ, ਨਾਮਦਾਨ ਬਖਸ਼ੋ। ਸਤਿਗੁਰ ਜੀ ਨੇ ਬਚਨ ਕੀਤਾ, ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕਹਿੰਦੇ ਸਤਸੰਗ ਵੱਡੀ ਹੈ, ਆਪ ਨਾਮ ਜਪੋ ਹੋਰਨਾਂ ਨੂੰ ਜਪਾਓ, ਕਿਰਤ ਕਰਨੀ ਹੈ ਸੱਚੀ। ਆਪ ਜੇ ਢਿੱਡ ਭਰ ਕੇ ਖਾਂਦੇ ਹੋ, ਕਿਸੇ ਭੁੱਖੇ ਨੂੰ ਵੀ ਸ਼ਿਕਾਇਆ ਕਰੋ, ਆਖੋ ਸਤਨਾਮ। ਹੁਣ ਮਾਧੋ ਦਾਸ ਜੀ ਨੇ ਇਹ ਉਪਦੇਸ਼ ਗੁਰੂ ਅਰਜਨ ਦੇਵ ਜੀ ਤੋਂ ਲਿਆ ਹੋਇਆ ਸੀ। ਇਹ ਕਸ਼ਮੀਰ ਰਹਿ ਕੇ ਆਈ ਗਈ ਸੰਗਤ ਦੀ ਸੇਵਾ ਕਰਦੇ ਹੁੰਦੇ, ਅਤੇ ਸੰਗਤ ਬਾਰਾਮੂਲੇ ਤੋਂ ਚੱਲੀ, ਰਾਤ ਕੱਟਣ ਵਾਸਤੇ ਮਾਧੋ ਦਾਸ ਦੇ ਡੇਰੇ ਟਿਕ ਗਏ ਗੁਰਮੁਖ। ਭੋਜਨ ਪ੍ਰਸ਼ਾਦਾ ਛਕਿਆ, ਮਾਧੋ ਦਾਸ ਜੀ ਕਹਿੰਦੇ ਆਓ ਭਾਈ ਕੁਝ ਸਮਾਂ ਪਰਮਾਤਮਾ ਦਾ ਭਜਨ ਕਰੀਏ। ਸਾਰੀ ਸੰਗਤ ਚੌਕੜਾ ਲਾ ਕੇ ਹੱਥ ਜੋੜ ਕੇ ਬੈਠੀ, ਵਾਹਿਗੁਰੂ 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 ਵਾਹਿਗੁਰੂ, ਇੱਦਾਂ ਜਪਦੇ ਆ ਸਾਰੇ। ਪਰ ਇਹ ਜਿਹੜਾ ਸੇਵਾਦਾਸ ਸੀ ਨਾ, ਇਹ ਗੁਰਮੁਖੋ ਕਦੇ ਤਾਂ ਕਿਸੇ ਵੱਲੀ ਕੋਈ ਇਸ਼ਾਰਾ ਕਰਦੇ, ਕਿਸੇ ਦੇ ਚੁੰਡੀ ਵੱਢ ਲਏ, ਕਿਸੇ ਬੰਨੀ ਦੇਖ ਕੇ ਹੱਸ ਪਏ, ਕਿਉਂਕਿ ਇਹਨੂੰ ਪਤਾ ਹੀ ਨਹੀਂ ਸੀ। ਇਹ ਵੀ ਗੁਰਮੁਖੋ ਮਾਂ ਬਾਪ ਨੂੰ ਸਿਖਾਉਣਾ ਪੈਂਦਾ ਹੈ, ਅਸਲ ਵਿੱਚ ਬੱਚਿਆਂ ਦਾ ਕਸੂਰ ਨਹੀਂ ਹੁੰਦਾ। ਹੁਣ ਇੱਥੇ ਵੀ ਕਈ ਪਤਾ ਕੀ ਕਰਦੇ ਆ, ਜਵਾਕ ਨੂੰ ਲਿਆਉਣਗੇ ਨਾਲ, ਲਈ ਆਉਣਗੇ ਇੱਥੇ ਧੌਣ ਫੜ ਕੇ ਕਰਕੇ ਕੋਡਾ ਕਹਿਣਗੇ ਟੇਕ ਮੱਥਾ, ਉਹ ਫਿਰ ਚੀਕਾਂ ਮਾਰਦਾ ਹੈ। ਹੁਣ ਇਹ ਗੱਲਾਂ ਪਹਿਲਾਂ ਸਿਖਾਉਣੀਆਂ ਹੁੰਦੀਆਂ ਆਪਾਂ, ਕਿਵੇਂ ਆਏ ਗਏ ਦਾ ਸਤਿਕਾਰ ਕਰਨਾ, ਮੱਥਾ ਕਿਵੇਂ ਟੇਕਣਾ, ਬਹਿਣਾ ਕਿਵੇਂ ਹੈ, ਪਹਿਲਾਂ ਆਪਾਂ ਸਿਖਾਉਣਾ ਨਹੀਂ। ਅਤੇ ਜਿਹਦੀ ਹੁਣ ਧੌਣ ਫੜ ਕੇ ਇੱਥੇ ਕੋਡਾ ਕਰੋਗੇ, ਉਹਨੇ ਚੀਕਾਂ ਹੀ ਮਾਰਨਗੇ, ਫਿਰ ਕਹਿਣਗੇ ਜਵਾਕ ਰੋਂਦਾ। ਇਹ ਪਹਿਲਾਂ ਨਾਲ ਬੱਚਿਆਂ ਨੂੰ ਮੁੱਢਲੀ ਸਿੱਖਿਆ ਵੀ ਦੇਣੀ ਹੈ। ਚਲੋ ਇਸ ਪਾਸੇ ਨਾ ਜਾਵਾਂ, ਹੁਣ ਸੇਵਾਦਾਸ ਨੂੰ ਕੌਣ ਸਿਖਾਉਂਦਾ? ਬਚਪਨ ਵਿੱਚ ਬਾਪ ਚਲਾਉਣਾ ਕਰ ਗਿਆ, ਮਾਂ ਟਾਈਮ ਮਸਾਂ ਪਾਸ ਕਰਦੀ ਸੀ, ਨਾ ਹੀ ਇਹ ਸੁਣਦਾ ਸੀ ਗੁਰਮੁਖੋਂ, ਬੱਚੇ ਕਿੱਥੇ ਸੁਣਦੇ ਆ, ਇਹ ਤਾਂ ਵੈਸੇ ਹੀ ਸਿੱਧਰਾ ਸੀ। ਹੁਣ ਇਹਨੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕੀਤੀਆਂ, ਕਈ ਗਲ ਪੈ ਗਏ, ਕਹਿੰਦੇ ਕਿੱਥੇ ਕਮਲੇ ਨੂੰ ਨਾਲ ਲਿਆਂਦਾ, ਇਹਨੇ ਤੰਗ ਹੀ ਕਰਨਾ। ਹੁਣ ਸ਼ਰੀਕੇ ਵਾਲੇ ਬੋਲ ਕਬੋਲ ਬੋਲਣ, ਪਰ ਸੰਤ ਮਾਧੋ ਦਾਸ ਜੀ ਨੂੰ ਤਰਸ ਆ ਗਿਆ, ਉਹਨਾਂ ਨੇ ਕੋਲ ਬੁਲਾਇਆ, ਕਹਿੰਦੇ ਕਾਕਾ ਸੰਗਤ ਵਿੱਚ ਆਈਏ, ਆ ਕੇ ਰੌਲਾ ਨਹੀਂ ਪਾਈਏ, ਨਾਮ ਵਾਹਿਗੁਰੂ ਤੇ ਆਈਏ, ਆਪ ਤਰ ਜਾਈਏ ਤੇ ਕੋਲਾਂ ਨੂੰ ਤਾਰੀਏ। ਸੰਗਤ ਵਿੱਚ ਬਹਿਣਾ ਵੀ ਚੱਜ ਸਿੱਖਣਾ ਪੈਂਦਾ। ਇਹ ਬੋਲਿਆ ਹੀ ਨਾ, ਚੁੱਪ ਕਰਕੇ ਖੜਾ ਰਿਹਾ। ਰਾਤ ਪੈ ਗਈ, ਜਿਹੜੇ ਨਾਲ ਦੇ ਸੀ ਨਾ ਸੁੱਤੇ ਪਏ ਨੂੰ ਛੱਡ ਕੇ ਸਵੇਰੇ ਹੀ ਤੁਰ ਗਏ ਗੁਰਮੁਖ।
ਦਿਨ ਚੜ੍ਹੇ ਸੰਤ ਮਾਧੋ ਦਾਸ ਜੀ ਨੇ ਪੁੱਛਿਆ, ਕਾਕਾ ਕਿਹੜਾ ਪਿੰਡ ਹੈ, ਕਿਹਨਾਂ ਦਾ ਬੱਚਾ ਹੈ? ਇਹ ਕਹਿੰਦਾ ਮੈਨੂੰ ਨਹੀਂ ਪਤਾ, ਕਿਉਂਕਿ ਸਿੱਧਾ ਸਾਧਾ ਸੀ। ਤੇ ਸੰਤ ਮਾਧੋ ਦਾਸ ਜੀ ਨੂੰ ਤਰਸ ਆ ਗਿਆ, ਸੰਤ ਦੀ ਬਿਰਤੀ ਦੇਖੋ। ਉਹ ਕਹਿੰਦੇ ਭਾਈ ਐਂ ਕਰੋ, ਦੁਨੀਆ ਇਹਨੂੰ ਛੱਡ ਗਈ, ਪਰ ਆਪਾਂ ਇਹਨੂੰ ਗੁਰੂ ਨਾਨਕ ਦੇ ਲੜ ਲਾਉਣਾ। ਆਖੋ ਸਤਨਾਮ। ਕਹਿੰਦੇ ਵੀ ਇੱਦਾਂ ਕਰੋ, ਇਹਨੂੰ ਲੈ ਜਾਓ ਨਾਲ ਅੰਮ੍ਰਿਤਸਰ ਲਿਜਾਓ, ਅੰਮ੍ਰਿਤਸਰ ਸਰੋਵਰ ਵਿੱਚ ਕਰਾਓ ਇਸ਼ਨਾਨ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਲਾ ਦਿਓ, ਗੁਰੂ ਕਿਰਪਾ ਕਰਨ ਤੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਆ। ਆਖੋ ਸਤਨਾਮ। ਸੰਤ ਮਾਧੋ ਦਾਸ ਜੀ ਨੇ ਆਪਣੇ ਸੇਵਕ ਤੋਰੇ, ਕਹਿੰਦੇ ਜਾਓ ਭਾਈ ਅੰਮ੍ਰਿਤਸਰ ਲੈ ਜਾਓ, ਇਹ ਦੁਆਰਾ ਸਤਿਗੁਰ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਦੁਆਰਾ ਸਤਿਗੁਰ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਦੁਆਰਾ ਸਤਿਗੁਰ ਨਾਨਕ ਦਾ ਇਹ ਦੁਆਰਾ ਸਤਿਗੁਰ ਜਾਂਦੇ ਨੇ। ਲੋਕ ਇੱਥੇ ਸਭ ਚਰਨੀ ਲਾਏ ਜਾਂਦੇ ਨੇ, ਦੁਨੀਆਂ ਦੇ ਸਤਾਏ ਲੋਕ ਇੱਥੇ ਸਭ ਚਰਨੀ ਲਾਏ ਜਾਂਦੇ ਨੇ, ਜਾਂਦੇ ਨੇ ਦੁਨੀਆਂ ਦੇ ਸਤਾਏ, ਜਾਂਦੇ ਨੇ ਦੁਨੀਆਂ ਦੇ ਸਤਾਏ, ਜਿਹੜੇ ਸ਼ਰਧਾ ਰੱਖ ਕੇ ਆਉਂਦੇ ਨੇ ਸੱਚਖੰਡ ਚ ਪਹੁੰਚਾਏ ਜਾਂਦੇ ਨੇ, ਸ਼ਰਧਾ ਰੱਖ ਕੇ ਆਉਂਦੇ ਨੇ ਸੱਚਖੰਡ ਚ ਪਹੁੰਚਾਏ ਜਾਂਦੇ ਨੇ, ਜਿਹੜੇ ਸ਼ਰਧਾ ਰੱਖ ਕੇ ਸੱਚਖੰਡ ਚ ਪਹੁੰਚਾਏ ਜਾਂਦੇ ਨੇ, ਇਹ ਦੁਆਰਾ ਸਤਿਗੁਰ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਦੁਆਰਾ ਸਤਿਗੁਰ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਇਹ ਦੁਆਰਾ ਸਤਿਗੁਰ ਇੱਥੇ ਭਾਗ ਜਗਾਏ ਜਾਂਦੇ ਨੇ, ਦਾਸ ਜੀ ਸੰਤ ਮਹਾਰਾਜ ਨੇ ਕਿਰਪਾ ਕੀਤੀ ਨਾਲ ਸੇਵਕ ਤੋਰੇ, ਸੇਵਾਦਾਸ ਜਿਹਨੂੰ ਸਿੱਧਰਾ ਸਮਝ ਕੇ ਸੰਗਤ ਛੱਡ ਗਈ ਸੀ, ਇਹਨੂੰ ਅੰਮ੍ਰਿਤਸਰ ਪਹੁੰਚਾਤਾ ਗੁਰਮੁਖ। ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਸਜੇ ਹੋਏ, ਸਰੋਵਰ ਵਿੱਚ ਕਰਾ ਕੇ ਇਸ਼ਨਾਨ ਜਦੋਂ ਲੈ ਕੇ ਗਏ ਨਾ ਮਹਾਰਾਜ ਦੇ ਚਰਨਾਂ 'ਚ,
ਸਤਿਗੁਰ ਪੁੱਛਦੇ ਨੇ ਭਾਈ ਕਿੱਥੋਂ ਆਇਓ, ਕਹਿੰਦੇ ਜੀ ਕਸ਼ਮੀਰ ਤੋਂ ਆਏ, ਸੰਤ ਮਾਧੋ ਦਾਸ ਜੀ ਨੇ ਭੇਜਿਆ। ਹਾਂ ਹੁਕਮ ਦੱਸੋ। ਕਹਿੰਦੇ ਜੀ ਆਹ ਬੱਚਾ ਸਿੱਧਰਾ, ਇਹਨੂੰ ਨਾਲ ਦੇ ਛੱਡ ਗਏ, ਸੰਤ ਜੀ ਨੇ ਕਿਹਾ ਕਿ ਸਤਿਗੁਰ ਦੇ ਚਰਨਾਂ 'ਚ ਲੈ ਜਾਓ, ਬਖਸ਼ਿਸ਼ ਹੋ ਜਾਏਗੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਰ ਬੰਦਾ ਆਪਣੇ ਕੀਤੇ ਕਰਮਾਂ ਦੇ ਹਿਸਾਬ ਨਾਲ ਚੱਲਦਾ, ਪਰ ਜਿਹੜੇ ਸੰਤ ਮਾਧੋ ਦਾਸ ਜੀ ਨੇ ਉਹ ਰੰਗੀ ਹੋਈ ਰੂਹ ਨੇ, ਉਹਨਾਂ ਦੇ ਕਰਕੇ ਇਹਦਾ ਭਲਾ ਕਰਨਾ ਪੈਣਾ। ਆਖੋ ਸਤਨਾਮ। ਆ ਸੰਗਤ ਵਿੱਚ ਵੀ ਜਿਹੜੇ ਆਇਓ ਨਾ, ਐਵੇਂ ਨਹੀਂ ਬੁਲਾਇਆ ਜਾਂਦਾ। ਇਹਦਾ ਕਾਰਨ ਇਹ ਹੁੰਦਾ ਵੀ ਕਈ ਰੂਹਾਂ ਰੰਗੀਆਂ ਹੋਈਆਂ ਸੰਗਤ ਵਿੱਚ ਆ ਜਾਂਦੀਆਂ ਜਿਨ੍ਹਾਂ ਦੀ ਮਾਲਕ ਸੁਣਦੇ ਨੇ। ਆਖੋ ਸਤਨਾਮ। ਮਹਾਰਾਜ ਹਰਗੋਬਿੰਦ ਸਾਹਿਬ ਛੇਵੇਂ ਸਤਿਗੁਰੂ ਸਿਰ 'ਤੇ ਧਰਿਆ ਹੱਥ ਸੇਵਾ ਦਾਸ ਦੇ, ਇਹੋ ਜੀ ਮਿਹਰ ਦੀ ਨਜ਼ਰ ਪਾਈ, ਕਹਿੰਦੇ ਮਨ ਮਤ ਨਾਸ ਕਰਤੀ ਗੁਰਮੁਖ। ਸ਼ੁੱਧ ਬੁੱਧ ਜਿਹੜੀ ਭੁੱਲੀ ਬੈਠਾ ਸੀ ਨਾ, ਹੋ ਗਿਆ ਕਿਰਪਾ ਮਹਾਰਾਜ ਦੀ, ਸਿਆਣਾ ਹੋ ਗਿਆ। ਕਈ ਦਿਨ ਰਿਹਾ, ਰੋਜ਼ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ, ਸੇਵਾ ਕਰਨੀ, ਇਕੱਲੀ ਇਕੱਲੀ ਪੰਗਤੀ ਕਰਕੇ ਕਹਿੰਦੇ ਜਪਜੀ ਸਾਹਿਬ, ਫਿਰ ਇਹਨੇ ਜਵਾਨੀ ਯਾਦ ਕੀਤਾ ਗੁਰਮੁਖ। ਮਹਾਰਾਜ ਨੇ ਕਿਹੜੇ ਟੀਕੇ ਲਾਉਣੇ ਸੀ, ਇਹ ਤਾਂ ਲਿਖਿਆ ਨਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨ ਕਮੋ ਹਰ ਹੋ। ਮਾਲਕ ਦੀ ਤਾਂ ਨਜ਼ਰ ਹੈ, ਕਿਤੇ ਮਿਹਰ ਦੀ ਨਜ਼ਰ ਹੋ ਜੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ, ਅਤੇ ਜੇ ਕਿਤੇ ਨਦਰ ਪਲਟ ਜੇ, ਫਿਰ ਪੜ੍ਹਦੇ ਹੀ ਹੋ ਨਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਰਾਜਿਆਂ ਤੋਂ ਭੀਖ ਵੀ ਮੰਗਾ ਦਿੰਦਾ ਗੁਰਮੁਖੋ। ਮਿਹਰ ਦੀ ਨਜ਼ਰ ਕੀਤੀ ਮਹਾਰਾਜ ਨੇ, ਸੇਵਾ ਦਾਸ ਹੋ ਗਿਆ ਠੀਕ। ਕਈ ਦਿਨ ਰਹਿ ਕੇ ਸੇਵਾ ਕੀਤੀ। ਇੱਕ ਦਿਨ ਗੁਰੂ ਹਰਗੋਬਿੰਦ ਜੀ ਨੂੰ ਕਹਿੰਦਾ, ਮਹਾਰਾਜ ਮੈਨੂੰ ਮੇਰੀ ਮਾਂ ਦੀ ਯਾਦ ਆਉਂਦੀ ਹੈ, ਮੈਂ ਘਰੇ ਜਾਣਾ, ਇਕੱਲੀ ਆ ਉਹ। ਮਹਾਰਾਜ ਉਹਦਾ ਸਰਦਾ ਨਹੀਂ ਹੋਣਾ। ਮਹਾਰਾਜ ਕਹਿੰਦੇ ਬਾਕੀ ਪਰਿਵਾਰ? ਕਹਿੰਦਾ ਜੀ ਬਚਪਨ ਵਿੱਚ ਮੇਰਾ ਬਾਪ ਚਲਾਣਾ ਕਰ ਗਿਆ, ਇਕੱਲੀ ਮਾਂ ਮਸਾਂ ਟਾਈਮ ਪਾਸ ਕਰਕੇ ਮੈਨੂੰ ਪਾਲਦੀ ਹੈ, ਅਤੇ ਪਤਾ ਨਹੀਂ ਉਹਦਾ ਕੀ ਹਾਲ ਹੋਣਾ, ਮੈਂ ਜਾਣਾ ਘਰ। ਸਤਿਗੁਰ ਕਹਿੰਦੇ ਠੀਕ ਹੈ ਭਾਈ, ਕਾਕਾ ਘਰ ਜਾ, ਮਾਂ ਦੀ ਸੇਵਾ ਕਰ, ਬਾਲਾ ਭਟਕਣ ਦੀ ਲੋੜ ਨਹੀਂ ਹੈ, ਘਰ ਵਿੱਚ ਬਹਿ ਕੇ ਰੋਜ਼ ਪਾਠ ਭਜਨ ਕਰ, ਮਾਂ ਬਾਪ ਦੀ ਕਰ ਸੇਵਾ, 68 ਤੀਰਥਾਂ ਦਾ ਫਲ ਤੈਨੂੰ ਘਰੇ ਹੀ ਮਿਲਣਾ ਹੈ। ਆਖੋ ਸਤਨਾਮ। ਉੱਚੇ ਦੇਖ ਕੇ ਮਹਿਲ ਮਹਾਜਨਾਂ ਦੇ, ਆਪਣੀ ਕੁੱਲੀ ਨੂੰ ਢਾਉਣ ਦਾ ਕੀ ਫਾਇਦਾ, ਸਾਧ ਹੋ ਕੇ ਜੇ ਮਨ ਨੂੰ ਸਾਧਿਆ ਹੀ ਨਾ, ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ, ਸਿੱਖ ਹੋ ਕੇ ਜੇ ਬਾਣੀ ਨੂੰ ਮੰਨਦਾ ਨਹੀਂ, ਫਿਰ ਸਿੱਖ ਖਵਾਉਣ ਦਾ ਵੀ ਕੀ ਫਾਇਦਾ, ਸੰਗਤ ਵਿੱਚ ਆ ਕੇ ਵੀ ਜੇ ਮਨ ਨੂੰ ਸ਼ਾਂਤੀ ਨਹੀਂ, ਫਿਰ ਇੱਥੇ ਆਉਣ ਦਾ ਵੀ ਕੀ ਫਾਇਦਾ, ਮਾਤਾ ਪਿਤਾ ਦੀ ਸੇਵਾ ਜੇ ਨਹੀਂ ਕਰਦਾ, ਐਵੇਂ ਤੀਰਥੀ ਨਹਾਉਣ ਦਾ ਕੀ ਫਾਇਦਾ, ਸਾਧ ਸੰਗਤ ਜੀ ਗੁਰੂ ਦੀ ਉਸਤਤ ਵਾਜੋਂ ਐਵੇਂ ਮਗਜ ਖਪਾਉਣ ਦਾ ਕੀ ਫਾਇਦਾ। ਇਹੋ ਜੇ ਸੁਣਾਏ ਬਚਨ ਸੇਵਾ ਦਾਸ ਕਈ ਦਿਨਾਂ ਦਾ ਸਫ਼ਰ ਕਰਕੇ ਘਰੇ ਪਹੁੰਚ ਗਿਆ। ਸ਼ਾਮ ਦਾ ਟਾਈਮ ਜਦੋਂ ਗਿਆ ਘਰੇ, ਤਾਂ ਮਾਂ ਨੂੰ ਚਾਹ ਚੜ੍ਹ ਗਿਆ, ਗੁਰਮੁਖ ਮੇਰਾ ਪੁੱਤ ਆਇਆ, ਥੱਕਿਆ ਟੁੱਟਿਆ ਆਇਆ ਸੀ, ਮਾਂ ਨੇ ਰੋਟੀ ਬਣਾਈ, ਖਾ ਕੇ ਸੌਂ ਗਿਆ। ਅੰਮ੍ਰਿਤ ਵੇਲੇ ਉੱਠਿਆ, ਆਪੀ ਇਸ਼ਨਾਨ ਕੀਤਾ ਅਤੇ ਚੌਕੜਾ ਮਾਰ ਕੇ ਗੁਰਮੁਖ ਪਿਆਰਿਓ ਭਜਨ ਕਰਨ ਲੱਗ ਗਿਆ। ਪਹਿਲਾਂ ਤਾਂ ਪੜ੍ਹਿਆ ਜਪਜੀ ਸਾਹਿਬ ਸਾਰਾ ਜਵਾਨੀ, ਫਿਰ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ,
ਤੇ ਮਾਂ ਹੈਰਾਨ ਹੋ ਗਈ, ਕਹਿੰਦੀ ਇਹਨੂੰ ਕੀ ਹੋ ਗਿਆ? ਅੱਗੇ ਤਾਂ 8-9 ਵਜੇ ਧੱਕੇ ਮਾਰ ਮਾਰ ਮਸਾਂ ਠਾਈ ਦਾ ਸੀ, ਆਹ ਕੀ ਦੇਖਦੀ ਹਾਂ ਮੈਂ, ਆਪੀ ਉੱਠ ਕੇ ਨਹਾਤਾ ਅਤੇ ਆਪੀ ਪਾਠ ਕਰਦਾ ਭਜਨ ਕਰਦਾ, ਰਹਿ ਨਾ ਸਕੀ। ਪੁੱਛ ਲਿਆ, ਕਹਿੰਦੀ ਪੁੱਤ ਕੀ ਹੋ ਗਿਆ ਤੈਨੂੰ? ਕਹਿੰਦਾ ਮਾਂ ਕਿਉਂ? ਕਹਿੰਦੀ ਆ ਕੀ ਕੀਤਾ ਤੂੰ ਸਵੇਰੇ ਸਵੇਰੇ ਉੱਠ ਕੇ ਕੀ ਪੜ੍ਹਦਾ ਸੀ? ਕਹਿੰਦਾ ਮਾਤਾ ਮੈਂ ਜਪਜੀ ਸਾਹਿਬ ਦਾ ਪਾਠ ਸਤਿਗੁਰ ਦੀ ਕਿਰਪਾ ਨਾਲ ਕੀਤਾ ਹੈ, ਭਜਨ ਕੀਤਾ ਹੈ। ਮਾਤਾ ਮੈਨੂੰ ਤਾਂ ਜਾਗ ਹੁਣ ਆਈ ਹੈ। ਕਹਿੰਦਾ ਕਹਿੰਦੀ ਕਿਹੜੀ ਜਾਗ? ਕਹਿੰਦਾ ਹੁਣ ਪਤਾ ਲੱਗਿਆ ਵੀ ਨਾਮ ਜਪੇ ਤੋਂ ਬਿਨਾਂ ਬੰਦੇ ਦੀ ਕਦਰ ਨਹੀਂ ਪੈਂਦੀ। ਮਾਂ ਡਰ ਗਈ, ਕਹਿੰਦੀ ਕਿਤੇ ਗੋਪੀ ਚੰਦ ਵਾਲੀ ਜਾਗ ਤਾਂ ਨਹੀਂ ਆ ਗਈ ਤੈਨੂੰ? ਸਭ ਕੁਛ ਛੱਡ ਕੇ ਕਿਤੇ ਜੰਗਲਾਂ ਨੂੰ ਹੀ ਨਾ ਚਲਿਆ ਜਾਈ, ਕਿਉਂਕਿ ਪਿਆਰਿਓ ਉਦੋਂ ਰਿਸ਼ੀ ਅਹਿਮ ਫਲਾਤਾ ਸੀ ਕਿ ਜਿਨ੍ਹਾਂ ਨੇ ਰੱਬ ਦਾ ਭਜਨ ਕਰਨਾ ਘਰ ਬਾਰ ਛੱਡ ਕੇ ਜੰਗਲਾਂ ਨੂੰ ਜਾਣ। ਮਾਂ ਕਹਿੰਦੀ ਪੁੱਤ ਮੈਂ ਤਾਂ ਤੈਨੂੰ ਦੇਖ ਦੇਖ ਕੇ ਜਿਉਂਦੀ ਹਾਂ, ਕਿਤੇ ਛੱਡਦਾ ਤਾਂ ਨਹੀਂ ਘਰ ਬਾਰ? ਕਹਿੰਦਾ ਨਹੀਂ ਮਾਤਾ ਮੈਂ ਘਰ ਨਹੀਂ ਛੱਡਣਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਘਰ 'ਚ ਰਹਿ ਕੇ ਮਾਂ ਬਾਪ ਦੀ ਸੇਵਾ ਕਰੋ, ਸੱਚੀ ਕਿਰਤ ਕਰੋ, ਨਾਮ ਜਪੋ, ਘਰੇ ਹੀ ਭੰਡਾਰੇ ਭਰ ਜਾਣੇ। ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ 'ਤੇ ਆਏ। ਮਾਂ ਫਿਰ ਖੁਸ਼ ਹੋਈ, ਕਹਿੰਦੀ ਐਂ ਦੱਸ ਇਹ ਗਿਆਨ ਤੈਨੂੰ ਕਿੱਥੋਂ ਮਿਲ ਗਿਆ? ਉੱਥੇ ਫਿਰ ਸੇਵਾਦਾਸ ਕਹਿੰਦਾ ਮਾਤਾ ਮਿਲਿਆ ਏ ਕੋਈ ਰਾਮ ਦਾਸ ਨੇਹੀ, ਮਿਲਿਆ ਏ ਕੋਈ ਰਾਮ ਦਾਸ ਨੇਹੀ, ਮਿਲਿਆ ਰਾਮ ਦਾਸ, ਮਿਲਿਆ ਏ ਕੋਈ ਰਾਮ ਦਾਸ ਨੇਹੀ, ਜੀਵਨ ਬਦਲ ਗਿਆ ਮੇਰੇ ਤੇ ਕਿਰਪਾ ਗੁਰਾਂ ਦੀ ਹੋਈ, ਮੇਰਾ ਜੀਵਨ ਬਦਲ ਗਿਆ ਮੇਰੇ ਤੇ ਕਿਰਪਾ ਗੁਰਾਂ ਦੀ ਹੋਈ, ਮੇਰੇ ਤੇ ਕਿਰਪਾ ਗੁਰਾਂ ਦੀ ਹੋਈ, ਬਦਲ ਗਿਆ ਮੇਰੇ ਤੇ ਕਿਰਪਾ ਗੁਰਾਂ ਦੀ ਹੋਈ, ਮੇਰਾ ਜੀਵਨ ਬਦਲ ਗਿਆ ਮੇਰੇ ਤੇ ਕਿਰਪਾ ਗੁਰਾਂ ਦੀ ਹੋਈ, ਕਿਰਪਾ ਗੁਰਾਂ ਦੀ ਹੋਈ, ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋਈ ਹੈ। ਜਦੋਂ ਆਹ ਗੱਲ ਮਾਤਾ ਨੇ ਸੁਣੀ, ਮਾਂ ਨੂੰ ਚਾਅ ਚੜ੍ਹ ਗਿਆ, ਕਹਿੰਦੀ ਪੁੱਤ ਜਿਹੜੇ ਗੁਰੂ ਨੇ ਤੇਰੇ 'ਤੇ ਬਖਸ਼ਿਸ਼ ਕੀਤੀ ਹੈ ਮੈਂ ਤਾਂ ਉਹਦੇ ਦਰਸ਼ਨ ਕਰਨੇ ਆ। ਆਖੋ ਸਤਨਾਮ।
ਇਹੋ ਜਿਹਾ ਜੀਵਨ ਬਣਾਈਏ ਗੁਰਮੁਖ ਪਿਆਰਿਓ, ਸੇਵਕ ਤੋਂ ਮਾਲਕ ਦਾ ਪਤਾ ਲੱਗਦਾ ਅਤੇ ਮਾਲਕ ਤੋਂ ਸੇਵਕ ਦਾ ਵੀ ਪਤਾ ਲੱਗਦਾ। ਜੇ ਸਿੱਖ ਸੇਵਕ ਚੰਗੇ ਹੋਣਗੇ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਗੁਰੂ ਚੰਗਾ ਹੋਏਗਾ, ਅਤੇ ਜੇ ਗੁਰੂ ਚੰਗਾ ਹੋਊ ਤਾਂ ਹੀ ਸੇਵਕਾਂ ਨੂੰ ਚੰਗੀ ਮੱਤ ਦੇਵੇਗਾ। ਸਾਧ ਸੰਗਤ ਜੀ, ਮਾਂ ਕਹਿੰਦੀ ਪੁੱਤ ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੀ ਹਾਂ, ਉਹਦਾ ਸ਼ੁਕਰਾਨਾ ਤਾਂ ਕਰੀਏ ਜਿਹਨੇ ਬਖਸ਼ਿਸ਼ ਕੀਤੀ ਹੈ। ਕਹਿੰਦਾ ਮਾਤਾ ਮੁਸ਼ਕਲ ਹੈ ਕੰਮ, ਘਰ 'ਚ ਹੈ ਗਰੀਬੀ, ਸਾਧਨ ਕਰਕੇ ਤੈਨੂੰ ਮੈਂ ਨਹੀਂ ਲਿਜਾ ਸਕਦਾ, ਬਜ਼ੁਰਗ ਤੂੰ ਹੋਈ ਪਈ ਹੈ, ਪੈਦਲ ਚੱਲ ਕੇ ਤੂੰ ਨਹੀਂ ਜਾ ਸਕਦੀ ਕਿੱਥੇ ਕਸ਼ਮੀਰ ਅਤੇ ਕਿੱਥੇ ਅੰਮ੍ਰਿਤਸਰ। ਕਹਿੰਦੀ ਪੁੱਤ ਫਿਰ ਦਰਸ਼ਨ ਕਿਵੇਂ ਹੋਣਗੇ? ਕਹਿੰਦਾ ਹੁਣ ਅੰਮੀਏ ਇੱਕੋ ਹੀ ਤਰੀਕਾ ਹੈ, ਘਰ ਵਿੱਚ ਬੈਠ, ਸ਼ਰਧਾ ਬਣਾ ਲੈ ਮਾਲਕ 'ਤੇ, ਸਤਿਗੁਰੂ ਤੈਨੂੰ ਦਰਸ਼ਨ ਦੇਣ ਆਉਣਗੇ, ਆਖੋ ਸਤਨਾਮ। ਕਹਿੰਦੀ ਭਲਾ ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਆਪਾਂ ਗਰੀਬ ਆਪਣੇ ਤੋਂ ਕੀ ਲੈਣਾ। ਫਿਰ ਉੱਥੇ ਸੇਵਾ ਦਾਸ ਕਹਿੰਦਾ ਮਾਤਾ ਮੈਂ ਸੁਣਿਆ ਭੀਲਣੀ ਦੀ ਸ਼ਰਧਾ ਸੀ, ਰਾਮ ਜੀ ਚਰਨ ਪਾਉਣ ਰਾਮ ਚੰਦਰ ਜੀ ਨੇ ਉਹਦੀ ਲੱਜਾ ਰੱਖੀ, ਬਿਦਰ ਦੀ ਸ਼ਰਧਾ ਸੀ ਸ਼੍ਰੀ ਕ੍ਰਿਸ਼ਨ ਜੀ ਮੇਰੇ ਘਰ ਆਉਣ, ਦੁਰਯੋਧਨ ਦੇ ਮਹਿਲਾਂ ਨੂੰ ਛੱਡ ਕੇ ਸ਼੍ਰੀ ਕ੍ਰਿਸ਼ਨ ਜੀ ਬਿਦਰ ਦੇ ਘਰ ਗਏ। ਕਹਿੰਦੇ ਭਾਈ ਲਾਲੋ ਦੀ ਸ਼ਰਧਾ ਸੀ ਗੁਰੂ ਨਾਨਕ ਸਾਹਿਬ ਆਉਣ, ਮਲਕ ਭਾਗੋ ਦਾ ਬ੍ਰਹਮ ਭੋਜ ਨਹੀਂ ਛਕਿਆ, ਭਾਈ ਲਾਲੋ ਦੇ ਘਰ ਨੂੰ ਭਾਗ ਲਾਏ, ਆਖੋ ਸਤਨਾਮ। ਸੁਣਿਆ ਵੀ ਲੱਜਾ ਰੱਖਦੇ ਨੇ ਅੰਮੀਏ, ਤੇਰੀ ਵੀ ਲੱਜਾ ਰੱਖਣਗੇ ਮਾਤਾ ਜੀ। ਫਿਰ ਮਾਂ ਉੱਥੇ ਕਹਿੰਦੀ ਹੈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸ਼ਨ ਦੂਰ ਤੇ ਆਈ। ਕਹਿੰਦੀ ਹੈਰਾਨ ਹਾਂ ਮੈਂ ਵੀ ਮੇਰੇ ਕਰਕੇ ਮੇਰੇ ਕੋਲ ਗੁਰੂ ਕਿਹੜੇ ਗੁਣ ਕਰਕੇ ਆਏਗਾ, ਨਾ ਪੈਸਾ ਨਾ ਘਰ ਬਾਰ ਨਾ ਚੱਜ ਦਾ ਸਰੀਰ ਹੀ ਆ ਵੀ ਸੇਵਾ ਕਰਾਂਗੇ ਕੋਈ ਮਾਲਕ ਦੀ। ਫਿਰ ਸੋਚਦੀ ਹੈ ਮੈਂ ਤਾਂ ਸਾਰਿਆਂ ਗੁਣਾਂ ਤੋਂ ਹੀਣੀ, ਕਿਹੜੀ ਬਿੱਧ ਮਿਲਾ ਪਿਆਰੇ ਨੂੰ, ਮੈਂ ਤਾਂ ਸਾਰਿਆਂ ਗੁਣਾਂ ਤੋਂ ਹੀਣੀ, ਕਿਹੜੀ ਬਿੱਧ ਮਿਲਾ ਪਿਆਰੇ ਨੂੰ ਹੀਣੀ, ਮੈਂ ਤਾਂ ਸਾਰਿਆਂ ਗੁਣਾਂ ਤੋਂ ਹੀਣੀ, ਕਿਹੜੀ ਬਿੱਧ ਮਿਲਾ ਪਿਆਰੇ ਨੂੰ, ਕਿਹੜੀ ਬਿੱਧ। ਕਹਿੰਦੀ ਮੇਰੇ 'ਚ ਤਾਂ ਗੁਣ ਕੋਈ ਹੈ ਨਹੀਂ, ਕਿਹੜੇ ਗੁਣ ਕਰਕੇ ਰੱਬ ਆਊਗਾ ਮੇਰੇ ਕੋਲ। ਫਿਰ ਸੇਵਾ ਦਾਸ ਕਹਿੰਦਾ ਮਾਤਾ ਕਾਇਆਂ ਦੀ ਕੁੱਲੀ ਵਿੱਚ ਅੰਮੀਏ ਨਾਮ ਦੀ ਜੋਤ ਜਗਾ ਲੈ, ਕਾਇਆਂ ਦੀ ਕੁੱਲੀ ਵਿੱਚ ਅੰਮੀਏ ਨਾਮ ਦੀ ਜੋਤ ਜਗਾ ਲੈ, ਕੁੱਲੀ ਵਿੱਚ ਅੰਮੀਏ ਨਾਮ ਦੀ ਜੋਤ ਜਗਾ ਲੈ, ਕੁੱਲੀ ਵਿੱਚ ਅੰਮੀਏ ਨਾਮ ਦੀ ਜੋਤ ਜਗਾ ਲੈ।
ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਛਾ ਲੈ, ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਛਾ ਲੈ, ਪ੍ਰੇਮ ਦੀ ਦਿਲ ਦੇ ਤਖਤ ਤੇ ਪ੍ਰੇਮ ਦੀ ਕੱਟ ਵਿਛਾ ਲੈ, ਦਿਲ ਦੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਛਾ ਲੈ, ਬਣ ਪ੍ਰੀਤਮ ਤੇਰੇ ਦਿਲ ਦੇ ਵੇੜੇ ਰੌਣਕ ਲਾਵੇਗਾ, ਅੰਮੀਏ ਬਣ ਪ੍ਰੀਤਮ ਤੇਰੇ ਦਿਲ ਦੇ ਵੇੜੇ ਮੀਰੀ ਪੀਰੀ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ, ਮੀਰੀ ਪੀਰੀ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ, ਮੀਰੀ ਪੀਰੀ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ, ਮੀਰੀ ਮੀਰੀ ਪੀਰੀ ਦਾ ਮਾਲਕ ਕਹਿੰਦਾ ਮਾਤਾ ਜੀ ਘਰ 'ਚ ਗਰੀਬੀ, ਹੁਣ ਇੱਕੋ ਹੀ ਤਰੀਕਾ ਹੈ ਨਾਮ ਦੀ ਜੋਤ ਜਗਾ ਲੈ। ਜਿਹੜਾ ਇਹ ਸਰੀਰ ਹੈ ਨਾ ਗੁਰਮੁਖ, ਇਹ ਵੀ ਇੱਕ ਧਰਤੀ ਹੈ ਅਸਲ ਵਿੱਚ। ਆਪਾਂ ਤਾਂ ਕਹਿੰਦੇ ਨਾ ਵੀ 3.5 ਹੱਥ ਧਰਤੀ ਤੇਰੀ, ਬਹੁਤੀਆਂ ਜ਼ਮੀਨਾਂ ਵਾਲਿਆ। ਕਈ ਕਹਿਣਗੇ ਉਹ ਸ਼ਮਸ਼ਾਨ ਘਾਟ ਦੀ ਗੱਲ, ਜੇ ਪੁੱਛੇ ਭਲਾ ਉਹ ਵੀ ਤੇਰੀ ਕਾਹਦੀ ਆ, ਉੱਥੇ ਤਾਂ ਪਤਾ ਹੀ ਨਹੀਂ ਕਿੰਨਿਆਂ ਕੁ ਦਾ ਸੰਸਕਾਰ ਹੋ ਗਿਆ, ਇਹ ਵੀ ਨਹੀਂ ਪਤਾ ਵੀ ਨਾਮ ਕਿਹਦੇ। ਇਹ ਤਾਂ ਆਹ ਸਰੀਰ ਦੀ ਗੱਲ ਕੀਤੀ ਹੈ, ਇਹਦੇ ਨਾਲ ਜਿਹੜੇ ਕਰਮ ਕਰਦੇ ਆ ਨਾ ਭਾਈ, ਇਹਨਾਂ ਦਾ ਫਲ ਮਿਲਦਾ। ਆਖੋ ਸਤਨਾਮ। ਕਰਮ ਚਾਹੇ ਅੱਖਾਂ ਨਾਲ ਕਰ ਲਓ, ਹੱਥਾਂ ਨਾਲ ਕਰ ਲਓ, ਜ਼ੁਬਾਨ ਨਾਲ ਕਰ ਲਓ, 5 ਨੇ ਕਰਮ ਇੰਦਰੇ। ਜਿਹੇ ਜੇ ਕਰਮ ਕਰਾਂਗੇ ਉਹਨਾਂ ਦਾ ਫਲ ਮਿਲਦਾ। ਸੇਵਾਦਾਸ ਕਹਿੰਦਾ ਮਾਤਾ ਨਾਮ ਜਪਣਾ ਸ਼ੁਰੂ ਕਰ ਦੇ, ਮੀਰੀ ਪੀਰੀ ਦਾ ਮਾਲਕ ਤੈਨੂੰ ਦਰਸ਼ਨ ਦੇਣ ਆਪ ਆਵੇਗਾ। ਹੁਣ ਮੰਨ ਲਿਆ ਮਾਂ ਨੇ, ਅਸਲ ਵਿੱਚ ਆਪਾਂ ਮੰਨਦੇ ਹੀ ਨਹੀਂ ਗੁਰਮੁਖੋ, ਰੌਲਾ ਹੀ ਇਹ ਹੈ ਬਸ, ਸ਼ੰਕੇ ਤਰ੍ਹਾਂ ਤਰ੍ਹਾਂ ਦੇ। ਮਾਂ ਨੇ ਮੰਨਿਆ, ਰੋਜ਼ ਬਹਿਣਾ ਚੌਕੜਾ ਲਾ ਕੇ ਆਪਣੇ ਪੁੱਤਰ ਤੋਂ ਸੁਣ ਸੁਣ ਕੇ ਜਪਜੀ ਸਾਹਿਬ ਯਾਦ ਕੀਤਾ। ਬਜ਼ੁਰਗ ਸਰੀਰ ਸ਼ਰਧਾ ਐਸੀ ਬਣੀ, ਭਾਈ ਵੀਰ ਸਿੰਘ ਜੀ ਲਿਖਦੇ ਨੇ ਸ੍ਰੀ ਅਸ਼ਟਗੁਰੂ ਚਮਤਕਾਰ ਗ੍ਰੰਥ ਦੇ ਵਿੱਚ, ਉਹ ਕਹਿੰਦੇ ਇੱਕ ਪਲੰਘਾ ਲਾਤਾ ਵੀ, ਜਿੱਦੇ ਕਿਤੇ ਮਹਾਰਾਜ ਆਉਣਗੇ ਅਸੀਂ ਇਸ ਪਲੰਘੇ 'ਤੇ ਬਿਠਾਉਣਾ ਸਤਿਗੁਰੂ ਜੀ ਨੂੰ। ਉੱਤਰ ਚਾਦਰ ਵਿਛਾਤੀ, ਜਦੋਂ ਭੋਜਨ ਤਿਆਰ ਕਰਨਾ ਘਰ ਵਿੱਚ, ਪਹਿਲਾਂ ਥਾਲਾ ਲਾ ਕੇ ਅਰਦਾਸ ਕਰਨੀ, ਮਾਲਕ ਜੀ ਤੁਸੀਂ ਭੋਗ ਲਾਓ, ਗੁਰੂ ਜੀ ਨੂੰ ਯਾਦ ਕਰਨਾ। ਅਤੇ ਸਾਧ ਸੰਗਤ ਜੀ, ਫਿਰ ਇੱਕ ਦਿਨ ਮਨ 'ਚ ਖਿਆਲ ਆਇਆ ਵੀ ਜੇ ਕਿਤੇ ਮਹਾਰਾਜ ਆ ਗਏ ਭਲਾ ਆਪਾਂ ਕੀ ਭੇਟਾ ਦੇਵਾਂਗੇ, ਕਿਉਂਕਿ ਰਾਜਾ ਹੋਵੇ, ਗੁਰੂ ਹੋਵੇ, ਵੈਦ ਹੋਵੇ, ਜੋਤਸੀ ਹੋਵੇ, ਸਾਧੂ ਸੰਤ ਮਹਾਤਮਾ ਕੋਈ ਵੀ ਹੈ, ਉਹਦੇ ਗੁਣਵਾਨ ਬੰਦੇ ਕੋਲ ਖਾਲੀ ਹੱਥ ਨਹੀਂ ਕਹਿੰਦੇ ਜਾਣਾ ਚਾਹੀਦਾ। ਰਾਜ ਵੈਦ ਗੁਰ ਜੋਤਸੀ ਇਨਕੇ ਪਾਸ ਜੇ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ, ਮੈਂ ਕੀ ਭੇਟਾ ਦੇਵਾਂਗੀ। ਫਿਰ ਮਨ 'ਚ ਖਿਆਲ ਆਇਆ, ਕਹਿੰਦੀ ਹੋਰ ਨਹੀਂ ਤਾਂ ਇੱਕ ਖੱਦਰ ਹੀ ਬਣਾ ਲਈਏ, ਅੱਗੇ ਸਿਲਾ ਚੁਗਣ ਜਾਂਦੀਆਂ ਮਾਈਆਂ ਬੈਠੀਆਂ, ਇਹਨਾਂ ਨੂੰ ਪਤਾ ਹੀ ਹੈ
ਲੋਕਾਂ ਦਾ ਨਰਮਾ ਕਪਾਹ, ਸਟੀਆਂ ਪੱਟੀਆਂ ਪਈਆਂ ਸੌਰ ਲੱਗੇ, ਇਹਨੇ ਗੁਰਮੁਖੋ ਇਕੱਲੀ ਇਕੱਲੀ ਫੁੱਟੀ ਨਰਮਾ ਕਪਾਹ ਇਕੱਠਾ ਕੀਤਾ। ਸੁੱਕੇ ਟੀਂਡੇ ਪਾੜੀ ਜਾਂਦੀ, ਨਾਲੇ ਨਰਮਾ ਕਪਾਹ ਇਕੱਠਾ ਕਰਦੀ ਹੈ। ਸਿੱਕਰੀਆਂ ਦੇ ਕੰਡੇ ਵੱਜ ਵੱਜ ਕੇ ਹੱਥ ਪਾਟ ਗਏ ਗੁਰਮੁਖੋ, ਖੂਨ ਸਿਮਦਾ ਹੈ, ਫਿਰ ਵੀ ਪੱਟੀ ਬੰਨ ਕੇ ਚਰਖਾ ਘੁਮਾ ਕੇ ਰੂੰ ਕੱਤਣੀ, ਆਖੋ ਸਤਨਾਮ। ਤੇ ਦੇਖਣ ਵਾਲੇ ਜਿਹਨੂੰ ਵੀ ਪਤਾ ਲੱਗਦਾ ਨਾ ਵੀ ਇਹ ਕਹਿੰਦੇ ਨੇ ਗੁਰੂ ਜੀ ਆਉਣਗੇ, ਤੇ ਲੋਕ ਕਿਹਾ ਕਰਨ ਸੇਵਾਦਾਸਾ ਤੂੰ ਤਾਂ ਕਮਲਾ ਸੀਗਾ ਹੀ ਸੀਗਾ, ਸਾਨੂੰ ਲੱਗਦਾ ਤੇਰੀ ਮਾਂ ਵੀ ਕਮਲੀ ਹੋ ਗਈ। ਕਹਿੰਦੇ ਬੋਲ ਕਬੋਲ ਬੋਲਦੇ, ਕਹਿੰਦੇ ਤੂੰ ਤਾਂ ਸੀਗਾ ਹੀ ਕਮਲਾ, ਤੇਰੀ ਮਾਂ ਵੀ ਕਮਲੀ ਹੋ ਗਈ। ਭਲਾ ਐਂ ਦੱਸੋ, ਐਵੇਂ ਗੁਰੂ ਗੁਰੂ ਕਰਦੇ ਰਹਿੰਦੇ ਹੋ, ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਤੋਂ ਕੀ ਲੈਣਾ? ਉਹ ਤਖਤਾਂ ਤਾਜਾਂ ਦੇ ਮਾਲਕ ਰਾਜੇ ਮਹਾਰਾਜੇ ਚਰਨਾਂ 'ਚ ਝੁਕਦੇ ਹੈ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉੱਥੇ ਪਹੁੰਚਦੇ ਨੇ, ਤੁਹਾਡੇ ਗੁਰੂ ਨੇ ਕੀ ਲਾਉਣਾ? ਕਹਿੰਦਾ ਤਰ੍ਹਾਂ ਤਰ੍ਹਾਂ ਦੇ ਬੋਲ ਕਬੋਲ ਬੋਲਣੇ ਇਹਨਾਂ ਨੇ ਸਹਿ ਲੈਣੇ, ਪਰ ਕਿੰਨਾ ਕੁ ਚਿਰ ਸਹਿੰਦੇ? ਇੱਕ ਦਿਨ ਮਾਤਾ, ਨਾਲੇ ਤਾਂ ਚਰਖਾ ਕੱਤੀ ਜਾਂਦੀ ਹੈ, ਰਾਤ ਦਾ ਸਮਾਂ, ਕੋਲੇ ਬੈਠਾ ਪੁੱਤ ਸੇਵਾਦਾਸ, ਤੇ ਮਾਤਾ ਦੀਆਂ ਅੱਖਾਂ 'ਚੋਂ ਪਾਣੀ ਚੱਲ ਪਿਆ, ਆਖੋ ਸਤਨਾਮ। ਸੇਵਾਦਾਸ ਕਹਿੰਦਾ ਮਾਤਾ ਜੀ ਕੀ ਗੱਲ ਰੋਂਦੇ ਕਿਉਂ? ਕਹਿੰਦੀ ਪੁੱਤਰਾ ਬਜ਼ੁਰਗ ਹੋ ਗਿਆ ਸਰੀਰ, ਦੰਦ ਟੁੱਟ ਚੱਲੇ ਨੇ, ਅੱਖਾਂ ਅੰਦਰ ਨੂੰ ਧੱ ਚੱਲੀਆਂ, ਢੂਹੀ 'ਚ ਕੁੱਬ ਪੈ ਗਿਆ। ਇੱਕੋ ਹੀ ਆਸ ਸੀ ਮਾਲਕ ਦੇ ਦਰਸ਼ਨ ਹੋਣ, ਆਪਾਂ ਨੂੰ ਤਾਂ ਭਰੋਸਾ ਹੈ, ਪਰ ਲੋਕਾਂ ਦੀਆਂ ਸੁਣਨੀਆਂ ਬਹੁਤ ਔਖੀਆਂ, ਆਖੋ ਸਤਨਾਮ। ਕਹਿੰਦੇ ਫਿਰ ਮਾਤਾ ਜੀ ਰੋਂਦੇ ਕਿਉਂ? ਫਿਰ ਸੇਵਾਦਾਸ ਨੂੰ ਮਾਤਾ ਭਾਗ ਪਰੀ ਕਹਿੰਦੀ ਮੈਂ ਰੋ ਕੇ ਮਹਾਰਾਜ ਨੂੰ ਪੁਕਾਰਾਂ ਕਰਦੀ ਆ, ਸਤਿਗੁਰ ਦੱਸ ਕੀ ਯਤਨ ਕਰਾਂ ਮੇਰੇ ਸਤਿਗੁਰ, ਦੁਨੀਆ ਕਮਲੇ ਕਹਿੰਦੀ ਐ, ਯਤਨ ਕਰਾਂ ਮੇਰੇ ਸਤਿਗੁਰ, ਦੁਨੀਆ ਕਮਲੇ ਕਹਿੰਦੀ ਐ, ਦੱਸ ਕੀ ਦੁਨੀਆ ਕਮਲੇ ਕਹਿੰਦੀ ਐ, ਦੱਸ ਕੀ ਯਤਨ ਕਰਾਂ ਮੇਰੇ ਸਤਿਗੁਰ, ਦੁਨੀਆ ਕਮਲੇ ਕਹਿੰਦੀ ਐ। ਦੁਨੀਆ ਕਮਲੇ ਕਹਿੰਦੀ ਐ, ਦੁਨੀਆ ਕਮਲੇ ਕਹਿੰਦੀ ਐ, ਦੁਨੀਆ ਕਮਲੇ ਕਹਿੰਦੀ ਐ, ਦੱਸ ਕੀ ਯਤਨ ਕਰਾਂ ਮੇਰੇ ਸਤਿਗੁਰ, ਦੁਨੀਆ ਕਮਲੇ ਕਹਿੰਦੀ ਐ, ਦੱਸ ਕੀ ਯਤਨ ਕਰਾਂ ਮੇਰੇ ਸਤਿਗੁਰ, ਦੁਨੀਆ ਕਮਲੇ ਕਹਿੰਦੀ ਐ। ਦੱਸ ਕੀ ਯਤਨ ਕਰਾਂ ਦੁਨੀਆ ਕਮਲੇ ਕਹਿੰਦੀ ਐ, ਪੁਕਾਰਾਂ ਕੀਤੀਆਂ ਮਹਾਰਾਜ ਕਰ ਦਿਓ ਕਿਰਪਾ ਦਰਸ਼ਨ ਦਿਓ,
ਉਹ ਫਿਰ ਦੁਖੀ ਹਿਰਦੇ ਦੀ ਪੁਕਾਰ ਸੁਣੀ ਗਈ ਆਖੋ ਸਤਨਾਮ। ਅਸਲ ਵਿੱਚ ਗੁਰਮੁਖੋ ਆਪਾਂ ਨੂੰ ਆਸਰਾ ਹੁੰਦਾ ਵੀ ਜੇ ਆਹ ਨਹੀਂ ਤਾਂ ਆਹ ਸਹੀ। ਜਿੱਦੇ ਕਿਤੇ ਸਾਰੇ ਆਸਰੇ ਮੁਕਾ ਕੇ ਇੱਕ 'ਤੇ ਵਿਸ਼ਵਾਸ ਖੜ ਗਿਆ ਨਾ, ਦਰਸ਼ਨ ਹੁਣ ਵੀ ਹੁੰਦੇ ਆ ਆਖੋ ਸਤਨਾਮ। ਉਹ ਕਿਹੜਾ ਕਿਤੇ ਦੂਰ ਹੈ, ਦੇਖਣ ਵਾਲੀ ਅੱਖੀ ਨਹੀਂ ਹੈ ਗੁਰਮੁਖ। ਹੁਣ ਮਾਤਾ ਦੀ ਪੁਕਾਰ ਸੁਣੀ ਗਈ, ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਵਿੱਚ ਸਜੇ ਹੋਏ ਆਪਣੀ ਮਾਤਾ ਗੰਗਾ ਜੀ ਨੂੰ ਕਹਿੰਦੇ, ਮਾਤਾ ਜੀ ਅਸੀਂ ਜਾਣਾ। ਮਾਤਾ ਗੰਗਾ ਜੀ ਕਹਿੰਦੇ, ਮਹਾਰਾਜ ਕਿਹੜੇ ਪਾਸੇ? ਕਹਿੰਦੇ, ਇਹ ਤਾਂ ਨਹੀਂ ਪਤਾ ਕਿੱਧਰ ਨੂੰ ਜਾਣਾ ਹੈ। ਕੋਈ ਪ੍ਰੇਮੀ ਸਿੱਖ ਯਾਦ ਕਰਦੇ ਨੇ ਸਾਡੇ ਕਾਲਜੇ ਨੂੰ, ਧੂਹ ਪੈ ਰਹੀ ਹੈ, ਕਹਿੰਦੇ ਖਿੱਚ ਪ੍ਰੇਮ ਦੀ। ਹੁਣ ਮਾਤਾ ਜੀ ਨੇ ਕਿਹੜਾ ਰੋਕਣਾ ਸੀ, ਨਾਲ ਸਿੱਖ ਸੇਵਕ ਲੈ ਲਏ। ਅੰਮ੍ਰਿਤਸਰ ਤੋਂ ਸਤਿਗੁਰੂ ਹਰਗੋਬਿੰਦ ਸਾਹਿਬ ਚੱਲੇ, ਇੱਧਰ ਸਿਆਲਕੋਟ ਹੁੰਦੇ ਹੋਏ ਨਾ 7-8 ਮੀਲ ਅੱਗੇ ਚਲੇ ਗਏ, 7-8 ਕੋਹ ਵਾਟ ਗਏ। ਅੱਗੇ ਇੱਕ ਪਿੰਡ ਆਇਆ ਚਪਰਾਹੜ, ਉੱਥੇ ਗੁਰਮੁਖੋ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਗੁਰੂਸਰ ਸਾਹਿਬ। ਛੇਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ 'ਤੇ ਬਹੁਤ ਵੱਡਾ ਮੇਲਾ ਭਰਦਾ ਚਪਰਾਹੜ ਪਿੰਡ। ਉਹ ਗੁਰਦੁਆਰਾ ਬਣਨ ਦਾ ਵੀ ਕਾਰਨ ਇਹ ਬਣ ਗਿਆ, ਜਦੋਂ ਮਹਾਰਾਜ ਲੰਘੇ ਨਾ ਸਿਆਲਕੋਟ ਤੋਂ 7-8 ਕੋਹ ਵਾਟ, ਉੱਥੇ ਇੱਕ ਬ੍ਰਾਹਮਣ ਵਿਦਵਾਨ ਤਕੜਾ ਸੀ, ਉਹਨੇ ਪੁੱਛਿਆ ਵੀ ਮੂਹਰੇ ਮੂਹਰੇ ਝਾੜੂ ਲੱਗਦਾ ਆਉਂਦਾ ਹੈ, ਜਲ ਛਿੜਕਦੇ ਸਿੱਖ ਆ ਰਹੇ ਨੇ, ਇਹ ਕੌਣ ਆ ਰਿਹਾ ਇੰਨੀ ਸੋਭਾ? ਕਿਸੇ ਸਿੱਖ ਨੇ ਕਹਿਤਾ ਵੀ ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ। ਉਹਨੇ ਮਨ 'ਚ ਧਾਰ ਲਈ, ਕਹਿੰਦਾ ਵੀ ਜੇ ਵਾਕਈ ਅੰਤਰਜਾਮੀ ਨੇ ਤਾਂ ਮੈਨੂੰ ਬੁਲਾਉਣ ਆਪੇ। ਸਤਿਗੁਰੂ ਹਰਗੋਬਿੰਦ ਸਾਹਿਬ ਸਿੱਖ ਸੰਗਤਾਂ ਵਿੱਚ ਘੋੜੇ ਸਮੇਤ ਜਾ ਰਹੇ ਸੀ ਅਤੇ ਘੋੜਾ ਪਾਸੇ ਕਰਕੇ ਨਾ ਇਹਦੇ ਕੋਲ ਆ ਕੇ ਖੜ ਗਏ। ਇਹਨੂੰ ਪੁੱਛ ਲਿਆ, ਬਹਾਨੇ ਨਾਲ ਬੁਲਾਇਆ, ਕਹਿੰਦੇ ਪੰਡਿਤ ਜੀ ਰਾਮਦਿਆ ਭਗਤਾ, ਇਹ ਦੱਸ ਵੀ ਭਲਾ ਇੱਥੇ ਪਾਣੀ ਹੈਗਾ ਪੀਣ ਵਾਸਤੇ? ਕਿਤੇ ਜਲ ਮਿਲ ਸਕਦਾ? ਇਹਨੇ ਹੋਰ ਸ਼ੰਕਾ ਕਰਤੀ, ਕਹਿੰਦਾ ਲੋਕ ਕਹਿੰਦੇ ਨੇ ਅੰਤਰਜਾਮੀ ਅਤੇ ਪਾਣੀ ਦੂਜਿਆਂ ਨੂੰ ਪੁੱਛਦੇ ਹੋ, ਜੇ ਸੱਚਮੁੱਚ ਅਵਤਾਰ ਹੋ ਅੰਤਰਜਾਮੀ ਹੋ ਆਪੇ ਪਤਾ ਲਾ ਲਓ ਪਾਣੀ ਕਿੱਥੇ ਹੈ। ਮਹਾਰਾਜ ਕਹਿੰਦੇ ਵਿਦਵਾਨ ਤਾਂ ਤਕੜਾ, ਭਜਨੀਕ ਤਾਂ ਤਕੜਾ, ਪਰ ਆ ਜਿਹੜਾ ਮਾੜਾ ਜਿਹਾ ਕਿਣਕਾ ਹੋਮੈਂ ਦਾ ਇਹ ਵੀ ਕੱਢ ਹੀ ਦਈਏ। ਬੈਰ ਨਹੀਂ ਸੀ ਕੋਈ ਗੁਰਮੁਖੋ, ਇੱਕ ਇਹ ਵੀ ਯਾਦ ਰੱਖਿਓ, ਕਈ ਕਹਿੰਦੇ ਨੇ ਗੁਰੂ ਘਰ 'ਚ ਕਰਾਮਾਤ ਨਹੀਂ ਦਿਖਾਈ, ਇਹ ਠੀਕ ਹੈ ਨਹੀਂ ਦਿਖਾਈ, ਪਰ ਜਿਹੜਾ ਕੌੜਾ ਰੀਠਾ ਮਿੱਠਾ ਕੀਤਾ ਦੱਸੋ ਕੀ ਸੀ। ਪਹਾੜ ਨੂੰ ਪੰਜਾ ਲਾਇਆ, ਪੰਜਾ ਸਾਹਿਬ ਬਣਾਤਾ, ਉਹਨੂੰ ਕਈ ਵਾਰੀ ਸਰਕਾਰਾਂ ਨੇ ਘੜਿਆ ਵੀ ਜਦੋਂ ਲੋਕ ਆ ਕੇ ਪੰਜਾ ਸਾਹਿਬ ਨੂੰ ਦੇਖਦੇ ਨੇ, ਸਾਡੇ ਪੀਰ ਬਲੀ ਕੰਧਾਰੀ ਦੀ ਇਹ 'ਚ ਬੇਇੱਜ਼ਤੀ ਹੁੰਦੀ ਹੈ, ਉਹ ਉਨਾ ਹੀ ਡੂੰਘਾ ਫਿਰ ਚੱਲਿਆ ਜਾਂਦਾ। ਕਿੰਨੇ ਧਰਮ ਸਥਾਨ ਨੇ, ਅਸਲ ਵਿੱਚ ਕਰਾਮਾਤ ਦਿਖਾਈ ਪਰ ਉਹ ਦੁਨੀਆਂ ਨੂੰ ਭਰਮਾਉਣ ਵਾਸਤੇ ਨਹੀਂ, ਉਹਦੇ ਨਾਲ ਵੀ ਕਿਸੇ ਨਾ ਕਿਸੇ ਦਾ ਭਲਾ ਹੀ ਕੀਤਾ ਹੈ। ਆਖੋ ਸਤਨਾਮ। ਮਹਾਰਾਜ ਨੇ ਦੇਖਿਆ ਵੀ ਪੰਡਿਤ ਜੀ ਕਹਿੰਦੇ ਜੇ ਸੱਚਮੁੱਚੀ ਅਵਤਾਰ ਹੋ ਆਪੇ ਪਤਾ ਲਾ ਲਓ ਪਾਣੀ ਕਿੱਥੇ, ਅਤੇ ਸਤਿਗੁਰ ਨੇ ਫਿਰ ਕਿਰਪਾ ਕੀਤੀ, ਘੋੜੇ ਤੋਂ ਉਤਰੇ, ਜ਼ੋਰ ਨਾਲ ਵਰਸ਼ਾ ਮਾਰਿਆ ਉੱਥੇ ਹੀ ਧਰਤੀ 'ਚ। ਜਦੋਂ ਕੱਢਿਆ ਬਾਹਰ, ਕਹਿੰਦੇ ਨਾਲ ਹੀ ਪਾਣੀ ਨਿਕਲਿਆ। ਆਖੋ ਸਤਨਾਮ। ਅੱਜ ਜਾ ਕੇ ਵੇਖ ਲਓ, ਇਹ ਹੋ ਚੁੱਕਿਆ ਨਹੀਂ ਹੈ, ਹੋ ਰਿਹਾ, ਪਾਣੀ ਨਿਕਲ ਰਿਹਾ ਉੱਥੇ ਗੁਰਦੁਆਰਾ ਗੁਰੂਸਰ ਸਾਹਿਬ। ਉਹ ਫਿਰ ਪੰਡਿਤ ਜੀ ਬੜੇ ਪਛਤਾਏ, ਕਹਿੰਦੇ ਮਨਾ ਇਹ ਤਾਂ ਸੱਚਮੁੱਚੀ ਕੋਈ ਪੂਰਨ ਅਵਤਾਰ ਹੈ, ਆਪਾਂ ਸ਼ੰਕਾ ਗਲਤ ਕਰ ਲਿਆ।
ਸਤਿਗੁਰ ਦੇ ਕੋਲ ਜਾ ਕੇ ਰੋਣ ਲੱਗ ਗਏ, ਮਹਾਰਾਜ ਬਖਸ਼ ਦਿਓ। ਸਤਿਗੁਰ ਕਹਿੰਦੇ, ਪੰਡਿਤ ਜੀ, ਬਖਸ਼ਿਆ ਤਾਂ ਉਹਨੂੰ ਜਾਂਦਾ ਜਿਹੜਾ ਕੋਈ ਗੁਨਾਹ ਕਰੇ, ਤੁਹਾਡਾ ਗੁਨਾਹ ਨਹੀਂ ਕੋਈ। ਕਹਿੰਦਾ ਜੀ ਮੈਂ ਸ਼ੰਕਾ ਕੀਤਾ। ਮਹਾਰਾਜ ਕਹਿੰਦੇ, ਜਿਹੜੀ ਗਲਤੀ ਕੀਤੀ ਸੀ ਉਹਦਾ ਪਛਤਾਵਾ ਵੀ ਨਾਲ ਹੀ ਕਰ ਲਿਆ, ਤੇਰਾ ਪਾਪ ਖਤਮ ਆਖੋ ਸਤਨਾਮ। ਗਲਤੀਆਂ ਹੋ ਜਾਂਦੀਆਂ, ਆਪਾਂ ਮੰਨਦੇ ਵੀ ਨਹੀਂ ਗੁਰਮੁਖ, ਉਹ ਫਿਰ ਪਾਪ ਬਣ ਜਾਂਦੀ। ਇਸ ਤਰ੍ਹਾਂ ਦੀਆਂ ਖੇਡਾਂ ਵਰਤਾਉਂਦੇ ਚਪਰਾਹੜ ਨਗਰ ਤੋਂ ਅੱਗੇ ਗਏ, ਫਿਰ ਬਾਰਾਮੂਲਾ ਪਹੁੰਚੇ। ਸ਼ਾਮ ਦਾ ਟਾਈਮ ਹੈ, ਉੱਧਰ ਮਾਤਾ ਭਾਗ ਭਰੀ ਅਤੇ ਪੁੱਤਰ ਸੇਵਾਦਾਸ ਥਾਲ 'ਚ ਤਰ ਕੇ ਨਾ ਪ੍ਰਸ਼ਾਦਾ ਤਿਆਰ ਰੋਜ਼ ਦੀ ਤਰ੍ਹਾਂ ਬੈਠੇ ਹੈ, ਮਹਾਰਾਜ ਦਾ ਨਾਮ ਜਪਦੇ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਗਏ ਸਿੱਧੇ, ਫਿਰ ਉਹਨਾਂ ਦੇ ਘਰ ਗਏ ਗੁਰਮੁਖੋਂ, ਜਾ ਕੇ ਦਰਵਾਜ਼ਾ ਖੜਕਾਇਆ। ਮਾਤਾ ਦੀ ਤਾਂ ਸੁਰਤ ਜੁੜੀ ਹੋਈ, ਸੇਵਾਦਾਸ ਨੂੰ ਜਦੋਂ ਖੜਕਾ ਸੁਣਿਆ, ਬਾਹਰ ਆਇਆ ਕੌਣ ਆਇਆ, ਜਦੋਂ ਆ ਕੇ ਦੇਖਿਆ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ, ਸੁਰਤੀ ਭੁੱਲ ਗਈ ਗੁਰਮੁਖ, ਹੰਬਲੇ ਪੈ ਗਿਆ ਵੀ ਕੀ ਕਰਾਂ, ਕਿਉਂ ਅਚਨਚੇਤ, ਕੋਈ ਪਤਾ ਹੀ ਨਹੀਂ ਸੀ ਵੀ ਇੱਦਾਂ ਹੀ ਆ ਜਾਣਗੇ, ਪਤਾ ਹੀ ਨਾ ਲੱਗੇ ਮੈਂ ਕੀ ਕਰਾਂ। ਭੱਜ ਕੇ ਅੰਦਰ ਚਲਿਆ ਗਿਆ, ਮਾਂ ਛੇਤੀ ਉੱਠ। ਉਹ ਕਹਿੰਦੀ, ਪੁੱਤ ਕੀ ਗੱਲ? ਕਹਿੰਦਾ, ਬਾਹਰ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਮਾਂ ਨੂੰ ਯਕੀਨ ਨਹੀਂ ਆਇਆ, ਕਹਿੰਦੀ, ਪੁੱਤਰਾ ਲੋਕ ਤਾਂ ਮਜ਼ਾਕ ਕਰਦੇ ਹੀ ਸੀ ਅਤੇ ਤੂੰ ਵੀ ਲੱਗ ਗਿਆ ਹੁਣ। ਕਹਿੰਦਾ, ਨਹੀਂ ਮਾਤਾ ਸੱਚਮੁੱਚ ਆਏ ਨੇ, ਵੇਖ। ਜਦੋਂ ਮਾਤਾ ਭਾਗ ਭਰੀ ਉੱਠੀ, ਪੁੱਤਰ ਸੇਵਾਦਾਸ ਦੇ ਨਾਲ ਜਾ ਕੇ ਕੀ ਵੇਖਿਆ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ। ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਕੀਤਾ ਪ੍ਰੇਮ ਦੀਆਂ। ਰੱਬ ਵਸ ਭਗਤਾਂ ਨੇ ਕੀਤਾ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਪ੍ਰੇਮ ਦੀਆਂ ਪਾ ਕੇ ਡੋਰੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ, ਦਰਵਾਜ਼ੇ 'ਤੇ ਖੜ੍ਹੇ, ਭੱਜ ਕੇ ਗਏ, ਮਾਂ ਪੁੱਤ ਚਰਨਾਂ 'ਤੇ ਮੱਥਾ ਟੇਕਿਆ, ਸਤਿਗੁਰ ਜੀ ਨੂੰ ਅੰਦਰ ਲਿਆਂਦਾ, ਉਸੇ ਪਲੰਘੇ 'ਤੇ ਬਿਠਾਇਆ ਜਿੱਥੇ ਰੋਜ਼ ਚਾਦਰ ਵਿਛਾਉਂਦੇ ਸੀ। ਆਖੋ ਸਤਨਾਮ। ਘਰ ਆਪਣੇ ਵੀ ਬਹੁਤ ਵੱਡੇ ਵੱਡੇ ਆ, ਗੁਰਮੁਖੋ ਹੈ ਕੋਈ ਜਗ੍ਹਾ ਜਿੱਥੇ ਜਾ ਕੇ ਰੱਬ ਦੀ ਯਾਦ ਆਵੇ? ਸੋਚੀਏ ਹੀ ਨਹੀਂ ਆਪਾਂ ਕਿਤੇ।
ਇੱਕ ਅੱਧਾ ਕਮਰਾ ਇੱਦਾਂ ਦਾ ਜ਼ਰੂਰ ਬਣਾਇਆ ਕਰੋ ਜਿੱਥੇ ਵੜ ਕੇ ਸਾਨੂੰ ਗੁਰੂ ਦਾ ਚੇਤਾ ਆ ਜੇ। ਆਖੋ ਸਤਨਾਮ, ਭੁੱਲ ਗਏ ਰੱਬ ਦਾ ਨਾਮ, ਅੱਗੇ ਕਹਿੰਦੇ ਰਾਮ ਰਾਮ, ਦੂਜਾ ਵੀ ਕਹਿੰਦਾ ਭਾਈ ਰਾਮ ਰਾਮ, ਰੱਬ ਦੀ ਯਾਦ ਸੀ। ਸਤਿ ਸ੍ਰੀ ਅਕਾਲ ਜੀ, ਇਹਦਾ ਭਾਵ ਕੀ ਸੀ? ਵੀ ਪਰਮਾਤਮਾ ਸੱਤ ਹੈ, ਦੂਜਾ ਵੀ ਕਹਿੰਦਾ ਸੀ ਸਤਿ ਸ੍ਰੀ ਅਕਾਲ। ਗੁਰਸਿੱਖਾਂ ਨੂੰ ਹੁਕਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਯਾਦ ਸੀ ਉਹ ਜਗ੍ਹਾ, ਹੁਣ ਗੁੱਡ ਮੋਰਨਿੰਗ ਨੇ ਲੈ ਲਈ, ਗੁੱਡ ਈਵਨਿੰਗ ਨੇ ਲੈ ਲਈ। ਘਰੋਂ ਭਾਵੇਂ ਲੜਕੇ ਹੀ ਆਇਆ ਹੋਵੇ, ਆਖਣਗੇ ਗੁੱਡ ਮੋਰਨਿੰਗ ਵੀ, ਕਾਹਦਾ ਸਵੇਰ ਦਾ ਸਮਾਂ ਚੰਗਾ, ਰੋਜ਼ ਦਾ ਤਕਲੇਸ ਹੈ। ਰੱਬ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ ਗੁਰਮੁਖੋ। ਮਾਤਾ ਭਾਗ ਭਰੀ ਔਰ ਸੇਵਾਦਾਸ ਦੇ ਘਰ ਮਹਾਰਾਜ ਸਜੇ, ਇਹਨਾਂ ਨੇ ਪਲੰਘੇ 'ਤੇ ਬਿਠਾ ਕੇ ਨਾ ਸਤਿਗੁਰ ਨੂੰ ਫਿਰ ਚਰਨ ਧੋਤੇ, ਉਹ ਜਲ ਆਪ ਛਕਿਆ, ਸੇਵਾਦਾਸ ਨੂੰ ਵੀ ਛਕਾਇਆ ਮਾਂ ਨੇ, ਬਾਕੀ ਘਰ 'ਚ ਛਿੱਟਾ ਦੇ ਤਾ ਸਾਰੇ ਗੁਰਮੁਖ। ਹੁਣ ਅੰਮ੍ਰਿਤ ਦੀ ਮਰਿਆਦਾ, ਉਦੋਂ ਚਰਨਾ ਅੰਮ੍ਰਿਤ ਲਿਆ ਜਾਂਦਾ ਸੀ। ਪ੍ਰੇਮ ਨਾਲ ਬੈਠੇ ਮਹਾਰਾਜ ਕਹਿੰਦੇ ਮਾਤਾ ਜੀ ਭੁੱਖ ਲੱਗੀ ਹੈ। ਸਤਿਗੁਰੂ ਨੂੰ ਕਹਿੰਦੀ ਜੀ ਮੈਂ ਹੁਣੇ ਹੀ ਲੰਗਰ ਬਣਾ ਲੈਂਦੀ ਹਾਂ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਬਣਿਆ ਪਿਆ ਇਹੀ ਛਕਣਾ। ਹੁਣ ਹਾਲਾਤ ਇਹ ਜੇ ਅੱਜ ਕਹਿੰਦੇ ਦਾਲਾ ਵੀ ਨਹੀਂ ਸੀ ਬਣਿਆ ਘਰ 'ਚ, ਕਿਹੜਾ ਪਤਾ ਸੀ? ਹੁਣ ਜੇ ਪਤਾ ਹੋਵੇ ਵੀ ਕਿਸੇ ਨੇ ਆਉਣਾ ਹੈ, ਆਪਾਂ ਸੋਹਣੀ ਤਿਆਰੀ ਕਰਾਂਗੇ। ਘਰਾਂ 'ਚ ਤਾਂ ਜੋ ਬਣਦਾ ਉਹੀ ਛਕਦੇ ਹਾਂ, ਅਤੇ ਹੁਣ ਤਾਂ ਅਸਲ ਵਿੱਚ ਦੁੱਖ ਤਾਂ ਮਨਾਇਓ ਨਾ, ਆਪਾਂ ਚੰਬਲੇ ਪਏ ਹਾਂ ਗੁਰਮੁਖੋ, ਸ਼ੁਕਰਾਨਾ ਨਹੀਂ ਕਰਦੇ। ਉਦੋਂ ਹਾਲਾਤ ਇਹ ਜੇ ਸੀ, ਛੇਤੀ ਛੇਤੀ ਪੀਣ ਵਾਸਤੇ ਪਾਣੀ ਵੀ ਚੰਗਾ ਨਹੀਂ ਸੀ ਲੱਭਦਾ। ਆ ਬਜ਼ੁਰਗਾਂ ਨੂੰ ਪੁੱਛੋ, ਮੀਹਾਂ ਦਾ ਪਾਣੀ ਸਾਂਭ ਸਾਂਭ ਰੱਖਦੇ, ਨਹਾਉਣ ਵੇਲੇ ਕਈ ਛੱਪੜਾਂ 'ਚ ਹੀ ਚੁੱਭਾ ਲਾਉਂਦੇ ਸੀ। ਮਾਤਾ ਦੇ ਘਰ ਵਿੱਚ ਰੁੱਖਾ ਪ੍ਰਸ਼ਾਦਾ ਨਾਲ ਗੰਢਾ ਅਤੇ ਗੁੜ ਰੱਖਿਆ ਥਾਲ 'ਚ। ਮਹਾਰਾਜ ਕਹਿੰਦੇ ਇਹੀ ਛਕਣਾ ਹੈ। ਕਹਿੰਦੀ ਮਹਾਰਾਜ ਦਾਲਾਂ ਸਬਜ਼ੀ ਅਲੱਗ ਬਣਾਉਂਦੇ ਹਾਂ ਅਸੀਂ। ਮਹਾਰਾਜ ਕਹਿੰਦੇ ਨਹੀਂ ਬੀਬਾ, ਗੱਲ ਪਦਾਰਥਾਂ ਦੀ ਨਹੀਂ, ਗੱਲ ਪ੍ਰੇਮ ਦੀ ਆ। ਆਖੋ ਸਤਨਾਮ। ਕਹਿੰਦੇ ਥਾਲ 'ਚ ਪਿਆ ਪ੍ਰਸ਼ਾਦਾ, ਫਿਰ ਉਵੇਂ ਨਾ ਮਹਾਰਾਜ ਜੀ ਨੇ ਗੁੜ ਵਿੱਚ ਮਰੋੜ ਕੇ, ਜਿਵੇਂ ਬੱਚਿਆਂ ਨੂੰ ਨਹੀਂ ਦਿੰਦੇ ਭੂਕਣਾ ਬਣਾ ਕੇ, ਇੱਦਾਂ ਹੀ ਖਾਈ ਗਏ ਸਤਿਗੁਰ ਬੈਠੇ। ਨਾਲੇ ਹੱਸੀ ਜਾਂਦੇ ਆ, ਬਸ ਹੱਸੇ ਕਾਹਦੇ, ਕਰਤੀ ਖੁਸ਼ੀਆਂ ਦੀ ਬਖਸ਼ਿਸ਼ ਗੁਰਮੁਖੋ। ਗੋਬਿੰਦ ਭਾਓ, ਭਗਤ ਦਾ ਭੁੱਖਾ ਸੱਚੀ ਪ੍ਰੀਤ ਲੋੜਦਾ, ਜਿਹੜਾ ਦਰ 'ਤੇ ਆਏ ਸਵਾਲੀ, ਭਰਦੇ ਝੋਲੀ ਮੋੜੇ ਨਾ ਖਾਲੀ, ਨਾ ਨਿਰਾਸ਼ਾ ਮੋੜਦਾ। ਉਹਦੀ ਨਦਰ ਤਾਂ ਕਹਿਣ ਸਿਆਣੇ, ਪਲ ਵਿੱਚ ਕਰਦੇ ਰੰਕ ਧੋਰਾਣੇ, ਜਿਹਦਾ ਕੋਈ ਕੌਡੀ ਮੁੱਲ ਨਾ ਜਾਣੇ, ਕਰਦੇ ਲੱਖ ਕਰੋੜ ਦਾ। ਗੋਬਿੰਦ ਭਾਓ, ਭਗਤ ਦਾ ਭੁੱਖਾ ਸੱਚੀ ਪ੍ਰੀਤ ਲੋੜ। ਮਹਾਰਾਜ ਜੀ ਨੇ ਪ੍ਰਸ਼ਾਦਾ ਛਕਿਆ, ਫਿਰ ਹੋਰ ਲੰਗਰ ਤਿਆਰ ਕਰਕੇ ਗੁਰਸਿੱਖਾਂ ਨੂੰ ਵੀ ਛਕਾਇਆ। ਸਾਰੀ ਰਾਤ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਹੋਈ। ਆਖੋ ਸਤਨਾਮ। ਦਿਨ ਚੜ੍ਹਿਆ, ਜਿਉਂ ਜਿਉਂ ਸੰਗਤ ਨੂੰ ਪਤਾ ਲੱਗਿਆ, ਸੰਗਤਾਂ ਵੀ ਆਈਆਂ ਗੁਰਮੁਖੋ। ਘਰ ਤਾਂ ਉਹੀ ਸੀ, ਅੱਜ ਮੱਥੇ ਟੇਕਣ ਲੱਗ ਗਏ। ਹੁਣ ਦੇਖ ਲਓ, ਜਗ੍ਹਾ ਤਾਂ ਉਹੀ ਹੈ ਨਾ, ਸਤਿਗੁਰ ਦਾ ਪ੍ਰਕਾਸ਼ ਹੈ, ਕਿੰਨੇ ਪਿਆਰ ਨਾਲ ਬੈਠੇ ਹੋ, ਪਤਾ ਲੱਗਦਾ ਵੀ ਕੋਈ ਸਾਹ ਲੈਂਦਾ ਜਾਂ ਨਹੀਂ। ਅਤੇ ਜਦੋਂ ਮਹਾਰਾਜ ਇੱਥੋਂ ਚਲੇ ਗਏ, ਆ ਸਤਸੰਗ ਬੰਦ ਹੋ ਗਿਆ, ਆਪਾਂ ਵੀ ਉਹੀ ਹੋਵਾਂਗੇ, ਦੇਖ ਲਿਓ ਰੌਲਾ ਪੈਂਦਾ ਗੁਰਮੁਖੋ। ਇਹ ਭਜਨ ਦਾ ਪ੍ਰਤਾਪ ਹੈ, ਨਾਮ ਦਾ ਰੰਗ, ਸਾਧਕਾ ਸੰਗ ਗੁਰਮੁਖ। ਸਾਰੀ ਸੰਗਤ ਪ੍ਰੇਮ ਨਾਲ ਆ ਕੇ ਸਜਦੀ ਹੈ, ਘਰ ਨੂੰ ਮੱਥੇ ਟਿਕਦੇ ਹੈ। ਜਿਹਨੂੰ ਪਤਾ ਲੱਗਦਾ ਸਤਿਗੁਰ ਬਿਰਾਜਮਾਨ ਨੇ, ਨਹੀਂ ਵੀ ਕੋਈ ਆਉਂਦਾ, ਬਾਹਰੋਂ ਹੀ ਸੀਸ ਝੁਕਾ ਕੇ ਜਾਂਦਾ ਹੈ। ਆਖੋ ਸਤਨਾਮ। ਇਹ ਕਦਰ ਗੁਰੂ ਨਾਲ ਹੈ ਗੁਰਮੁਖੋ। ਇਸੇ ਬਾਣੀ ਨੂੰ ਜੇ ਹਿਰਦੇ 'ਚ ਵਸਾ ਲਈਏ, ਫਿਰ ਇਹ ਸਰੀਰ ਦਾ ਵੀ ਸਤਿਕਾਰ ਹੁੰਦਾ,
ਦੇਖੋ ਜਿਹੜੇ ਬੰਦੇ ਪਾਠ ਕਰਦੇ ਆ, ਭਜਨ ਕਰਦੇ ਆ, ਕਿਤੇ ਸਾਹਮਣੇ ਟੱਕਰ ਜਾਣ, ਮੱਲੋ ਮੱਲੀ ਹੱਥ ਜੁੜ ਜਾਂਦੇ ਆ, ਸਿਰ ਝੁਕਦਾ ਆਪਣਾ, ਉਹ ਸਰੀਰ ਦੀ ਗੱਲ ਨਹੀਂ, ਉਹ ਬਾਣੀ ਅਤੇ ਬਾਣੇ ਨੂੰ ਸਿਰ ਝੁਕਦਾ ਆ। ਆਖੋ ਸਤਨਾਮ। ਹੈ ਤਾਂ ਇਹ ਮਿੱਟੀ ਦੀ ਢੇਰੀ, ਚੰਗੇ ਪਾਸੇ ਲਾ ਲਾਂਗੇ ਪਿਆਰਿਆ, ਆਪਾਂ ਨੂੰ ਵੀ ਮੱਥੇ ਟਿਕਣੇ ਆ। ਸਤਿਕਾਰ ਚੰਗੀਆਂ ਰੂਹਾਂ ਦਾ। ਹੁਣ ਇੱਥੇ ਮਾਤਾ ਭਾਗ ਪਰੀ ਦੇ ਘਰ ਨੂੰ ਲਾਗੇ ਭਾਗ ਪਿਆਰਿਓ, ਸਿੱਖ ਸੰਗਤ ਆਇਆ ਕਰੇ, ਨਾਮ ਬਾਣੀ ਦਾ ਪ੍ਰਵਾਹ ਚੱਲਦਾ। 13 ਦਿਨ ਰਹੇ ਫਿਰ ਮਹਾਰਾਜ, ਦੇਖੋ 13 ਦਿਨ ਲੱਗੀਆਂ ਰੌਣਕਾਂ, ਦੂਰੋਂ ਦੂਰੋਂ ਸੰਗਤ ਆਵੇ, ਕੋਈ ਸੇਬ ਚੱਕੀ ਆਉਂਦਾ, ਕੋਈ ਬਦਾਮ ਚੱਕੀ ਆਉਂਦਾ, ਕੋਈ ਸ਼ਹਿਦ ਚੱਕੀ ਆਉਂਦਾ, ਤਰ੍ਹਾਂ ਤਰ੍ਹਾਂ ਦੇ ਮੇਵੇ। ਇੱਕ ਦਿਨ ਮਾਤਾ ਜੀ ਨੂੰ ਸਤਿਗੁਰ ਕਹਿੰਦੇ, ਬੀਬਾ ਤੁਹਾਡੀ ਭਗਤੀ ਹੋ ਗਈ ਪ੍ਰਵਾਨ, ਇੱਛਾ ਦੱਸ ਕੋਈ। ਕਹਿੰਦੀ ਮਹਾਰਾਜ ਹੁਣ ਇੱਛਾ ਕੋਈ ਵੀ ਨਹੀਂ ਰਹੀ, ਇੱਕੋ ਹੀ ਇੱਛਾ ਸੀ ਤੁਹਾਡੇ ਦਰਸ਼ਨ ਕਰਨੇ, ਉਹ ਹੋ ਗਏ। ਮੈਂ ਤਾਂ ਸੋਚਦੀ ਹੁੰਦੀ ਸੀ ਵੀ ਪੁੱਤ ਮੇਰਾ ਸਿੱਧਾ ਸਾਧਾ, ਮੇਰੇ ਬੁਢੇਪਾ ਕਿਵੇਂ ਲੰਘੂ, ਕੌਣ ਸਾਂਭੂ ਮੈਨੂੰ। ਮਹਾਰਾਜ ਕਹਿੰਦੇ ਇਹਨੇ ਜਿਹੜੀ ਸੰਗਤ ਕੀਤੀ, ਗੁਰੂ ਘਰ ਜਾ ਕੇ ਕੀਤੀ ਸੇਵਾ, ਉਹਦਾ ਫਾਲੇ ਮਿਲਿਆ, ਤੇਰੀ ਸੰਭਾਲ ਵਾਸਤੇ ਸਾਨੂੰ ਆਪ ਹੀ ਆਉਣਾ ਪਿਆ। ਆਖੋ ਸਤਨਾਮ। ਇਤਿਹਾਸ ਪੜ੍ਹ ਲਓ ਪਿਆਰਿਓ, 13 ਦਿਨ ਮਹਾਰਾਜ ਰਹੇ। 13ਵੇਂ ਦਿਨ ਕੀ ਹੋਇਆ, ਅੰਮ੍ਰਿਤ ਵੇਲੇ ਦਾ ਸਮਾਂ, ਇਸ਼ਨਾਨ ਕਰਕੇ ਮਾਤਾ ਨੇ ਪਾਠ ਕੀਤਾ, ਗੁਰੂ ਚਰਨਾਂ 'ਚ ਲੱਗੀ ਮੱਥਾ ਟੇਕਣ, ਸਿਰ ਧਰ ਤਾਂ ਦਿੱਤਾ ਚਰਨਾਂ 'ਚ, ਮੁੜ ਕੇ ਉੱਠੀ ਨਹੀਂ, ਉੱਥੇ ਹੀ ਜਾਨ ਨਿਕਲ ਗਈ ਗੁਰਮੁਖ। ਇਹੋ ਜਿਹੇ ਭਾਗ ਕਿਤੇ ਕਰਮਾਂ ਵਾਲੇ ਦੀ ਹੋਣਗੇ ਨਾ, ਉੱਥੇ ਹੀ ਸਰੀਰ ਛੱਡਤਾ। ਮੇਰੇ ਸਤਿਗੁਰ ਨੇ ਫਿਰ ਹੱਥੀਂ ਸੰਸਕਾਰ ਕੀਤਾ, ਦੇਖੋ ਕਿਵੇਂ ਨਹੀਂ ਬੇੜੇ ਤਰਦੇ ਪਿਆਰਿਓ, ਕਿਵੇਂ ਕਿਵੇਂ ਟੁੱਟ ਜਾਂਗੇ ਇਸ ਘਰ ਤੋਂ। ਗਰੀਬਾਂ ਦੀ ਲੱਜਾ ਰੱਖਦੇ ਨੇ, ਇਹ ਕਹਿੰਦੀ ਹੁੰਦੀ ਸਾਡਾ ਕੋਈ ਹੈ ਨਹੀਂ, ਪਰ ਮਹਾਰਾਜ ਜੀ ਨੇ ਹੱਥੀਂ ਸੰਸਕਾਰ ਕੀਤਾ। ਇਹ ਗੱਲ ਸਾਰੀ ਪ੍ਰੇਮ ਦੀ ਸੀ, ਕੋਈ ਮਾਇਆ ਜ਼ਮੀਨ ਜਾਇਦਾਦ ਘਰ ਬਾਰ ਜਾਂ ਬਸਤਰਾਂ ਦੀ ਗੱਲ ਨਹੀਂ ਸੀ। ਸਾਧ ਸੰਗਤ ਜੀ ਲੋ ਪੜ੍ਹ ਹੀ ਲਈਏ ਆਪਾਂ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ, ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ, ਭਗਤਾਂ ਨੇ ਰੱਬ ਵਸ ਕੀਤਾ, ਰਹਿੰਦੇ ਨੇ ਮਸਤ ਦੀਵਾਨੇ, ਨਾਮ ਦੀਆਂ ਚੜੀਆਂ ਲੋਰਾਂ, ਰਹਿੰਦੇ ਨੇ ਮਸਤ ਦੀਵਾਨੇ, ਨਾਮ ਦੀਆਂ ਚੜੀਆਂ ਲੋਰਾਂ, ਨਾਮ ਦੀਆਂ ਰਹਿੰਦੇ ਨੇ, ਸੰਤਾਂ ਦੀ ਸਗਲੀ ਧਰਤੀ ਸਾਂਭ ਲਈ ਆ ਕੇ ਚੋਰਾਂ। ਇਹ ਆਪਣਾ ਹਾਲ ਹੈ, ਇਹ ਸਰੀਰ ਰੂਪੀ ਧਰਤੀ ਦੀ ਗੱਲ ਹੈ, ਬਾਹਰੀ ਧਰਤੀ ਨਹੀਂ ਹੈ। ਇਹ ਸਰੀਰ ਤਾਂ ਬਣਾਇਆ ਸੀ ਭਜਨ ਸੇਵਾ ਵਾਸਤੇ, ਪਰ ਇੱਥੇ ਚੋਰਾਂ ਨੇ ਕਬਜ਼ਾ ਕਰ ਲਿਆ। ਪਤਾ ਕੌਣ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਨੇ। ਆਖੋ ਸਤਨਾਮ। ਸੰਤਾਂ ਦੀ ਸਗਲੀ ਧਰਤੀ ਸਾਂਭ ਲਈ ਆ ਕੇ ਚੋਰਾਂ, ਰਹਿੰਦੇ ਨੇ ਮਸਤ ਦੀਵਾਨੇ, ਨਾਮ ਦੀਆਂ ਚੜੀਆਂ ਲੋਰਾਂ, ਰਹਿੰਦੇ ਨੇ ਭਗਤਾਂ
ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ ਭਗਤਾਂ ਨੇ ਪ੍ਰੇਮ ਦੀਆਂ ਪਾ ਕੇ ਡੋਰਾਂ ਪ੍ਰੇਮ ਦੀ ਗੱਲ ਸੀ ਪ੍ਰੇਮ ਦੇ ਬੱਝੇ ਹੋਏ ਗਏ ਜਿਹੜਾ ਖੱਦਰ ਮਾਂ ਨੇ ਬਣਾਇਆ ਸੀ ਉਹਦਾ ਵੀ ਚੋਲਾ ਸਵਾ ਕੇ ਪਾਇਆ ਅਤੇ ਮਾਤਾ ਦਾ ਅੰਤਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥੀਂ ਕੀਤਾ ਫਿਰ ਗੁਰਮੁਖ ਭਜਨ ਪਾਠ ਹੋਇਆ ਭੋਗ ਪੈ ਗਿਆ ਜਥਾ ਯੋਗ ਲੰਗਰ ਵਰਤਾਏ ਗਏ ਉੱਥੇ ਫਿਰ ਭੋਗ ਵਾਲੇ ਦਿਨ ਸਾਰੀ ਸੰਗਤ ਇਕੱਠ ਵੜਾ ਕਿਉਂ ਮਹਾਰਾਜ ਆਪ ਸਜੇ ਹੋਏ ਸਤਿਗੁਰ ਕਹਿੰਦੇ ਭਾਈ ਅੱਜ ਤੋਂ ਬਾਅਦ ਆਹ ਜਿਹੜਾ ਸੇਵਾ ਦਾਸ ਹੈ ਨਾ ਇਹ ਗੁਰੂ ਘਰ ਦਾ ਮਸੰਦ ਹੈ ਉਦੋਂ ਮਸੰਦ ਪ੍ਰਥਾ ਚੱਲਦੀ ਸੀ ਜਿਵੇਂ ਹੁਣ ਸਤਿਕਾਰਯੋਗ ਲਫਜ਼ ਹੈ ਨਾ ਜਥੇਦਾਰ ਸਤਿਕਾਰਯੋਗ ਪਦਵੀ ਉਦੋਂ ਮਸੰਦ ਥਾਪੇ ਜਾਂਦੇ ਸੀ ਮਹਾਰਾਜ ਕਹਿੰਦੇ ਜਿਹਨੇ ਗੁਰੂ ਘਰ ਨੂੰ ਕੋਈ ਦਾਨ ਪੁੰਨ ਕਰਨਾ ਭੇਟਾ ਦੇਣੀ ਹੈ ਸੇਵਾ ਦਾਸ ਨੂੰ ਦੇ ਦਿਓ ਇਹ ਆਪੇ ਅੰਮ੍ਰਿਤ ਸਰਪ ਚਾਦੂਗਾ ਜੇ ਕਿਸੇ ਦੀ ਕੋਈ ਭਾਵਨਾ ਹੈ ਇਹਦੇ ਤੋਂ ਅਰਦਾਸ ਕਰਾ ਦਿਓ ਗੁਰੂ ਨਾਨਕ ਦੀ ਕਿਰਪਾ ਨਾਲ ਤੁਹਾਡੇ ਕਾਰਜ ਰਾਸ ਹੋ ਜਾਣਗੇ ਸੇਵਾ ਦਾਸ 'ਤੇ ਫਿਰ ਇਹ ਜੀ ਬਖਸ਼ਿਸ਼ ਹੋਈ ਦੁਨੀਆ ਆਉਂਦੀ ਉਹਦੇ ਚਰਨਾਂ 'ਚ ਗੁਰਮੁਖ ਸਾਨੂੰ ਆਹ ਚਾਹੀਦਾ ਆਹ ਚਾਹੀਦਾ ਬਾ ਜਿਹਦੀ ਅਰਦਾਸ ਕਰ ਦਿੰਦਾ ਰਸਨਾ 'ਤੇ ਰੱਬ ਵਸ ਗਿਆ ਬੇੜੇ ਤਰੀ ਗਏ ਗੁਰਮੁਖੋਂ ਹੁਣ ਦੇਖੋ ਇਤਿਹਾਸ ਤੁਸੀਂ ਸੁਣਿਆ ਜਿਹੜੇ ਪਹਿਲਾਂ ਤੋਂ ਬੈਠੇ ਹੋ ਲੋਕ ਪਹਿਲਾਂ ਕਮਲਾ ਕਹਿੰਦੇ ਸੀ ਸਿੱਧਰਾ ਪਰ ਲੋਕਾਂ ਦੀਆਂ ਸੁਣ ਕੇ ਕੋਈ ਝਗੜਾ ਨਹੀਂ ਕੀਤਾ ਲੜਾਈ ਨਹੀਂ ਕੀਤੀ ਪਰਮਾਤਮਾ ਮੂਹਰੇ ਅਰਜ਼ਾਂ ਕੀਤੀਆਂ ਰੱਬ ਨੇ ਬੇੜੇ ਬੰਨੇ ਲਾਏ ਹੈ ਆਪਣਾ ਮਾਰ ਕਿੱਥੋਂ ਪੈ ਗਈ ਮੰਨ ਲਓ ਚੰਗਾ ਕਰਦੇ ਹੋ ਮਾੜਾ ਜਿਹਾ ਕੋਈ ਟੋਕ ਦੇ ਫਿਰ ਉਹ ਚੰਗਿਆਈ ਤਾਂ ਲੋਕ ਛੱਡ ਜਾਂਦੇ ਨੇ ਉਹਨਾਂ ਨਾਲ ਵੈਰ ਵਿੱਢ ਲੈਂਦੇ ਆਖੋ ਸਤਨਾਮ ਫਿਰ ਅਵਸਥਾ ਸਮਝ ਲਓ ਵੀ ਉੱਥੋਂ ਤੱਕ ਪਹੁੰਚੀ ਨਹੀਂ ਜਿੱਥੇ ਪਹੁੰਚਣੀ ਸੀ ਮਹਾਰਾਜ ਤਾਂ ਕਹਿੰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਚੰਗਾ ਬੰਦਾ ਹੈ ਚੰਗੇ ਪਾਸੇ ਤੁਰਿਆ ਫਿਰ ਤੁਰਿਆ ਚੱਲ ਭਾਈ ਜੇ ਕੋਈ ਨਿੰਦਾ ਵੀ ਕਰਦਾ ਹੈ ਸਮਝ ਲਿਓ ਮੋਟੀ ਜੀ ਬੋਲੀ ਵੀ ਚੰਗੇ ਬੰਦਿਆਂ ਨੂੰ ਆਪਣੀ ਚੰਗਿਆਈ ਛੱਡਣੀ ਨਹੀਂ ਚਾਹੀਦੀ ਜੇ ਆਪਾਂ ਹੁਣ ਭਲਾ ਕਰਦੇ ਹੋ ਮੰਨ ਲਓ ਕੋਈ ਪਰਿਵਾਰ ਦਾ ਸੋਚੇ ਵੀ ਮੇਰੀ ਕਦਰ ਤਾਂ ਹੈ ਨਹੀਂ ਮੈਂ ਕੀ ਲੈਣਾ ਛੱਡ ਖਹਿੜਾ ਇੱਦਾਂ ਗੱਲ ਨਹੀਂ ਬਣਦੀ ਭਾਈ ਇਹ ਤਾਂ ਮੁਸ਼ਕਲਾਂ 'ਚੋਂ ਲੰਘ ਕੇ ਜਿਹੜੇ ਮੰਜ਼ਿਲ ਤੱਕ ਪਹੁੰਚਦੇ ਨੇ ਉਹਨਾਂ ਦਾ ਹੀ ਸਤਿਕਾਰ ਹੁੰਦਾ ਸੋ ਆਓ ਸਮਾਂ ਹੁਣ ਸਮਾਪਤ ਹੈ 1 ਵਜੇ ਪਰਿਵਾਰ ਨੇ ਸਮਾਂ ਦਿੱਤਾ ਸੀ ਪਤਾ ਹੀ ਨਹੀਂ ਲੱਗਿਆ ਕਦੋਂ 1 ਵੱਜ ਗਿਆ ਗੁਰਮੁਖੋ ਸੋ ਧੰਨਵਾਦ ਹੈ ਸਾਰੀ ਸੰਗਤ ਦਾ ਬੜੇ ਪ੍ਰੇਮ ਨਾਲ ਬੈਠ ਕੇ ਤੁਸੀਂ ਸੁਣਿਆ ਕਿਉਂਕਿ ਸੁਣਨ ਵਾਲੇ ਹੋਣ ਸੁਣਾਉਣ ਦਾ ਵੀ ਫਿਰ ਹੀ ਆਨੰਦ ਹੁੰਦਾ ਸੋ ਆਪਾਂ ਹੋਰ ਨਿੰਦਾ ਚੁਗਲੀ ਤੋਂ ਬਚ ਕੇ ਪਰਮਾਤਮਾ ਦੇ ਅਤੇ ਪਰਮੇਸ਼ਰ ਦੇ ਪਿਆਰਿਆਂ ਦੇ ਗੁਣ ਗਾਏ ਨੇ ਆਪਣੇ ਮਨ ਨੂੰ ਸਮਝਾਉਣਾ ਵੀ ਜੇ ਉਹਨਾਂ 'ਤੇ ਕਿਰਪਾ ਹੋ ਸਕਦੀ ਹੈ ਉਦੋਂ ਤਾਂ ਗੁਰੂ ਮਹਾਰਾਜ ਹਰਿਮੰਦਰ ਸਾਹਿਬ ਸੀ ਅੰਮ੍ਰਿਤਸਰ ਉਹ ਬੈਠੇ ਸੀ ਕਸ਼ਮੀਰ ਅਤੇ ਆਪਾਂ ਕਿੰਨੇ ਭਾਗਾਂ ਵਾਲੇ ਹਾਂ ਹਰ ਪਿੰਡ 'ਚ 2-2, 3-3 ਗੁਰਦੁਆਰਾ ਸਾਹਿਬ ਬਣੇ ਨੇ ਪ੍ਰਗਟ ਗੁਰਾਂ ਕੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਣ ਦਿੱਤਾ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਨਿਰੰਕਾਰ ਹੋਵੇ ਤੇਰੇ ਕੋਲੇ ਅਤੇ ਫਿਰ ਵੀ ਭਟਕਦਾ ਫਿਰੇ ਫਿਰ ਆਪਣੇ ਬੇਭਾਗਾ ਬੰਦਾ ਕੋਈ ਨਹੀਂ ਗੁਰਮੁਖ ਇੱਦੋਂ ਮਾੜੇ ਭਾਗ ਹੋਰ ਕੀ ਹੋਣਗੇ ਕੋਲੇ ਨਿਰੰਕਾਰ ਹੋਵੇ ਹਾਜ਼ਰ ਨਾਜ਼ਰ ਗੁਰੂ ਸਮਰੱਥ ਨਾਲੇ ਪਤਾ ਵੀ ਦੁੱਖ ਸੁੱਖ ਵਿੱਚ ਇਹਨਾਂ ਨਹੀਂ ਖੜਨਾ ਜਿੱਦਾਂ ਵਿਆਹ ਸ਼ਾਦੀ ਹੋਇਆ ਉਹਦੇ ਲਾਵਾਂ ਕਿਹਦੇ ਦੁਆਲੇ ਲਈਆਂ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਦੇ
ਜਿੱਦੇ ਕੋਈ ਪਿਓ ਦਾਦਾ ਸੰਸਾਰ ਤੋਂ ਚਲਿਆ ਜਾਂਦਾ ਉਹਦੇ ਕੌਣ ਆਉਂਦੇ ਨੇ? ਧੰਨ ਗੁਰੂ ਗ੍ਰੰਥ ਸਾਹਿਬ। ਜਿੱਦੇ ਕੋਈ ਬਾਲ ਬੱਚਾ ਪੈਦਾ ਹੁੰਦਾ ਹੈ ਉਦੋਂ ਵੀ ਅਰਦਾਸ ਕਿਹਦੇ ਚਰਨਾਂ 'ਚ ਕਰਦੇ ਹਾਂ? ਧੰਨ ਗੁਰੂ ਗ੍ਰੰਥ ਸਾਹਿਬ ਦੇ। ਹੋਰ ਵੇਖੋ, ਜਿੱਦੇ ਆਪਾਂ ਵੀ ਨਹੀਂ ਹੋਣਾ ਉਦੋਂ ਵੀ ਅਰਦਾਸਾਂ ਭਾਈ ਗੁਰੂ ਗ੍ਰੰਥ ਸਾਹਿਬ ਨੇ ਸੁਣਨੀਆਂ। ਫਿਰ ਜਦੋਂ ਇਹਨਾਂ ਬਿਨਾਂ ਸਰਦਾ ਹੀ ਨਹੀਂ, ਜਿਉਂਦੇ ਜੀ ਕਿਉਂ ਟੁੱਟੀਏ? ਫਿਰ ਕਿਉਂ ਨਾ ਭਾਈ ਜਿਉਂਦੇ ਜੀ ਗੁਰੂ ਵਾਲੇ ਬਣੀਏ, ਤਾਂ ਕਿ ਅੰਤਮ ਸਮੇਂ ਕੋਈ ਰਾਗੀ ਢਾਡੀ ਕੀਰਤਨੀਆਂ ਕਹਿ ਸਕੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਹ ਮਾਣ ਉਹਨਾਂ ਨੂੰ ਮਿਲਦਾ ਜਿਹੜੇ ਜੁੜਦੇ ਨੇ। ਸੋ ਇਸ ਕਰਕੇ ਭਾਈ ਬੇਨਤੀਆਂ ਇਹੀਆਂ ਕਰਨੀ, ਤੁਸੀਂ ਆਪਣੀ ਮਰਜ਼ੀ ਹੈ, ਕਿਉਂਕਿ ਸਾਡੇ ਕੋਲ ਕਿਹੜਾ ਕੋਈ ਅਹੁਦਾ ਵੀ ਅਸੀਂ ਤੁਹਾਡੇ 'ਤੇ ਹੁਕਮ ਲਾ ਸਕੀਏ। ਇਹ ਤਾਂ ਸੇਵਾ ਪਰਿਵਾਰ ਨੇ ਬਖਸ਼ੀ ਹੈ, ਗੁਰੂ ਸਾਹਿਬ ਨੇ ਕਰਵਾ ਲਈ ਕੀਰਤਨ ਦੀ ਸੇਵਾ। ਕੋਈ ਕੀਰਤਨ ਕਰ ਰਿਹਾ, ਕੋਈ ਸੁਣ ਰਿਹਾ, ਕਿਸੇ ਨੇ ਲੰਗਰ ਬਣਾਇਆ, ਕਿਸੇ ਨੇ ਵਰਤਾਇਆ, ਕਿਸੇ ਨੇ ਦਰੀਆਂ ਵਿਛਾਈਆਂ, ਹੈ ਤਾਂ ਸਾਰੀ ਸੇਵਾ ਭਾਈ। ਸੋ ਇਹ ਸੇਵਾ ਮਨ 'ਚ ਤਲਾ ਕੇ ਸੰਗਤ ਦੇ ਭਲੇ ਵਾਸਤੇ ਇਸੇ ਤਰ੍ਹਾਂ ਹੀ ਕਰਨੀ ਚਾਹੀਦੀ ਹੈ। ਅਤੇ ਸੇਵਾ ਕਰਦਿਆਂ ਕਿਸੇ ਤਰ੍ਹਾਂ ਦਾ ਕੋਈ ਮਾਣ ਹੰਕਾਰ ਵੀ ਨਹੀਂ ਕਰਨਾ ਚਾਹੀਦਾ, ਨਿਮਰਤਾ ਦੇ ਨਾਲ ਹੀ ਆਪਾਂ ਚੱਲਣਾ ਹੈ। ਹਾਂ, ਧਰਮ ਹੈ ਜਿਹੜਾ ਸਮਝਾਇਆ ਜਾ ਸਕਦਾ ਹੈ, ਧਰਮ ਧੱਕੇ ਨਾਲ ਥੋਪਿਆ ਨਹੀਂ ਜਾ ਸਕਦਾ। ਆਖੋ ਸਤਨਾਮ। ਆਪਾਂ ਬਣਾਉਂਦੇ ਹਾਂ ਡਾਂਗ ਨਾਲ ਸਿੱਖ, ਐਂ ਨਹੀਂ ਗੱਲ ਬਣਨੀ ਪਿਆਰਿਓ। ਸਮਝਾਈਏ, ਗੁਣ ਦੱਸੀਏ, ਸਿੱਖੀ ਦੇ ਗੁਣ ਕੀ ਨੇ, ਗੁਰੂ ਮਹਾਰਾਜ ਕਿੱਦਾਂ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਨੇ। ਫਿਰ ਕਹਿਣਾ ਨਹੀਂ ਪੈਣਾ ਮਾਤਾ ਭਾਗ ਪਰੀ ਵਾਂਗੂ ਮਨ ਕਰੂ ਵੀ ਗੁਰੂ ਦਾ ਮੈਂ ਵੀ ਬਣਾ ਜਿਹਨੇ ਤੇਰੇ 'ਤੇ ਕਿਰਪਾ ਕੀਤੀ ਹੈ। ਸੋ ਭਾਈ ਇੰਨੀਆਂ ਕੀ ਬੇਨਤੀਆਂ ਸਨ ਆਪ ਜੀ ਨੇ ਪ੍ਰਵਾਨ ਕਰਨੀਆਂ। ਹਾਂ, ਕਈ ਵਾਰੀ ਮਨ ਭਾਵਕ ਹੁੰਦਾ, ਕੋਈ ਉੱਚਾ ਨੀਵਾਂ ਬੋਲ ਬੋਲਿਆ ਜਾਂਦਾ ਹੈ, ਕਿਸੇ ਦੇ ਮਨ ਨੂੰ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਉਹਦੇ ਵਾਸਤੇ ਮਾਫ਼ੀ ਮੰਗਦੇ ਹਾਂ, ਮੈਨੂੰ ਮਾਫ਼ ਕਰਨਾ। ਗੁਣ ਨਜ਼ਰ ਆਉਣ ਤਾਂ ਜ਼ਰੂਰ ਆਪਣੇ ਜੀਵਨ ਵਿੱਚ ਕਮਾਓ, ਆਪ ਗੁਰਬਾਣੀ ਪੜ੍ਹੋ। ਕੋਈ ਵੀ ਪੜ੍ਹ ਕੇ ਬਾਣੀ ਲਾਹਾ ਲੈ ਸਕਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਗੋਤ ਦਾ ਗੁਰਮੁਖੋ ਬਾਣੀ ਪੜ੍ਹਨੋਂ ਕੋਈ ਨਹੀਂ ਰੋਕ ਸਕਦਾ। ਗੁਰਬਾਣੀ ਪੜ੍ਹੋ, ਗੁਟਕਾ ਸਾਹਿਬ ਲਿਆਓ, ਪੋਥੀਆਂ ਦੇ ਰੂਪ 'ਚ ਲਿਆਓ, ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਉੱਚਾ ਸੁੱਚਾ ਕਰੋ, ਅਤੇ ਨਾਲ ਨਾਲ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ, ਘਰ ਬਾਰ ਸੋਹਣੇ ਬਣਾਓ, ਚੰਗੇ ਕੱਪੜੇ ਪਾਓ, ਕਮਾਈਆਂ ਕਰੋ। ਪਰ ਇਹਨਾਂ ਚੀਜ਼ਾਂ ਦਾ ਸਤਿਕਾਰ ਤਾਂ ਹੈ ਜੇ ਤੂੰ ਧਰਮੀ ਵੀ ਹੋਵੇਂ। ਆਖੋ ਸਤਨਾਮ। ਜੇ ਧਰਮੀ ਨਹੀਂ ਕਮਾਉਂਦਾ, ਨਾ ਭਜਨ ਪਾਠ ਕਰਦਾ, ਨਾ ਕਿਸੇ ਦੁਖੀਏ ਦੇ ਦੁੱਖ ਵਿੱਚ ਖੜਦਾ, ਫਿਰ ਤੇਰੇ ਵੱਡੇ ਹੋਣ ਦਾ ਕੀ ਫਾਇਦਾ ਭਾਈ? ਇਸ ਕਰਕੇ ਸਮਾਜਿਕ ਜੀਵਨ ਵੀ ਚੰਗਾ ਬਣਾਓ, ਧਾਰਮਿਕ ਜੀਵਨ ਵੀ ਚੰਗਾ ਬਣਾਓ, ਪਰਿਵਾਰਕ ਜੀਵਨ ਵੀ ਆਪਣਾ ਚੰਗਾ ਬਣਾਉਣਾ ਹੈ, ਇਸੇ ਵਿੱਚ ਹੀ ਸਾਡਾ ਭਲਾ ਹੈ। ਸੋ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਹੁਣ ਮਾਫ਼ੀ ਮੰਗਦੇ ਹਾਂ, ਹੋਈ ਭੁੱਲ ਚੁੱਕ ਦੀ ਖਿਮਾ ਕਰਿਓ।